ਪਲਾਕ ਨੂੰ ਅਗਰ ਪੂਰੀ ਦੁਨੀਆ 'ਚ ਲੋਕ ਜਾਣਦੇ ਨੇ ਤਾਂ ਉਹ ਇਹਨਾਂ ਕਲਚਰਲ ਨੁਮਾਇੰਦਿਆਂ ਦੀ ਵਜ੍ਹਾ ਤੋਂ ਨੇ ਜਿਨ੍ਹਾਂ ਨੇ ਆਪਣੀਆਂ ਅਖਬਾਰਾਂ 'ਚ ਖਬਰਾਂ ਲਾਈਆਂ ਔਰ ਤਬਸਰੇ ਕੀਤੇ ਔਰ ਹਮੇਸ਼ਾ ਪੋਜ਼ਿਟਿਵ ਤਬਸਰੇ ਕੀਤੇ। ਚੰਗਾ ਜੋ ਲੱਗਣਾ ਏ ਹੋ ਚੰਗਾ ਜੋ ਲੱਗਣਾ ਏ ਯਾਰ ਵੀਰੋ ਅੱਖੀਆਂ ਦੇ ਨੇੜੇ ਓ ਅੱਖੀਆਂ ਦੇ ਨੇੜੇ ਲਿਖਦੇ ਨਹੀਂ ਇਹ ਪੜ੍ਹਦਾ ਵੀ ਔਰ ਜਿਹੜਾ ਜਿਹੜਾ ਅਖਬਾਰ ਵਿੱਚ ਪੜ੍ਹਦਾ ਹੈ ਉਹ ਮੇਰਾ ਖਿਆਲ ਹੈ ਕਿ ਕੋਈ ਦਿੱਕਤ ਨਹੀਂ ਪੇਸ਼ ਆਉਂਦੀ। ਇੱਥੇ ਮੈਂ ਸ਼ੁਕਰੀਆ ਅਦਾ ਕਰਾਂਗਾ ਪਿਲਾਕ ਵਾਲਿਆਂ ਦਾ ਵੀ ਸੂਰਾ ਸੱਦਰ ਸਾਹਿਬਾਂ ਦਾ ਵੀ ਔਰ ਬੜੀ ਅੱਛੀ ਗੱਲ ਹੈ ਕਿ ਪੰਜਾਬੀ ਨੂੰ ਲੈ ਕੇ ਤੁਰਨਾ ਆਪਣਾ ਜਿਹੜਾ ਕਲਚਰ ਉਹਨੂੰ ਲੈ ਕੇ ਤੁਰਨਾ ਔਰ ਤੁਸੀਂ ਜਿਹੜਾ ਐਫਰਟ ਕਰ ਰਹੇ ਹੋ ਮੈਂ ਤੁਹਾਨੂੰ ਵੀ ਮੁਬਾਰਕਬਾਦ ਦੇਣਾ। ਜ਼ਹੀਰ ਸ਼ੇਖ ਨੇ ਜਿਸ ਲਈ ਸ਼ੋਅਬਿਜ਼ ਰਿਪੋਰਟਿੰਗ ਨੂੰ ਚੁਣਿਆ ਅਤੇ ਉਹਦੇ 'ਚ ਫਿਰ ਇਹਦੇ 'ਚ ਸਭ ਤੋਂ ਵੱਡੀ ਜਿਹੜੀ ਮੈਂ ਇਹਦੇ ਇੱਕ ਦੇਖੀ ਹੈ ਇਹਦੇ 'ਚ ਇੱਕ ਖੂਬੀ ਹੈ ਉਹ ਇਹ ਕਿ ਇਹ ਆਪਣੇ ਸੀਨੀਅਰਸ ਨਾਲ ਜਿਹੜੇ ਇਹਦੇ ਸ਼ੋਭੇ ਦੇ ਨੇ ਔਰ ਆਪਣੇ ਦੋਸਤਾਂ ਨਾਲ ਆਪਣੇ ਹਲਕੇ ਅਹਿਬਾਬ ਨਾਲ ਇੱਕ ਮੁਸ਼ਾਵਰਤ ਦਾ ਕਰਿਸ਼ਮਾ ਜਿਹੜਾ ਨਾ ਉਹ ਇਹਦੇ ਅੰਦਰ ਹੈ। ਮਿੱਤਰਾਂ ਦੀ ਮਜਵਾਣੀ ਖਾਤਰ ਲਹੂ ਦਿਲੇ ਦਾ ਛਾਣੀ ਦਾ ਕੱਢ ਕਲੇਜਾ ਕੀਤਮ ਬੈਰੇ ਸੋ ਵੀ ਲਾਇਕ ਨਾਹੀਂ ਤੇਰੇ ਹੋਰ ਤੋਫੀਕ ਨਹੀਂ ਕੁਛ ਮੇਰੇ ਪੀਓ ਕਟੋਰਾ ਪਾਣੀ ਦਾ ਤੂੰ ਹੀ ਤਾਨਾ ਤੂੰ ਹੀ ਬੀਨਾ ਤੂੰ ਹੀ ਤਾਣ ਨਤਾਣੀ ਦਾ ਮਿੱਤਰਾਂ ਦੀ ਮਜਵਾਣੀ ਖਾਤਰ ਲਹੂ ਦਿਲੇ ਦਾ ਛਾਣੀ ਦਾ ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਆਰਟ ਐਂਡ ਕਲਚਰ ਦੇ ਲੋਕ ਸਟੂਡੀਓ ਪਿਲਾਕ ਲੋਕ ਸਟੂਡੀਓ 'ਚੋਂ ਅਸੀਂ ਤੁਹਾਨੂੰ ਸਾਰੇ ਸਾਡੇ ਜਿਹੜੇ ਵੀਵਰਸ ਨੇ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਔਰ ਅੱਜ ਪਿਲਾਕ ਲੋਕ ਸਟੂਡੀਓ ਤੋਂ ਸਾਡੇ ਨਾਲ ਇੱਕ ਬਹੁਤ ਗੁਣੀ ਮਿੱਤਰ ਆਪਣੇ ਜਿਹੜੇ ਕੰਮ ਦੇ ਆਪਣੇ ਸ਼ੋਭੇ 'ਚ ਆਪਣੀ ਡੋਮੇਨ 'ਚ ਉਹਨਾਂ ਦਾ ਬੜਾ ਨਾਂ ਹੈ ਕਲਚਰ ਦੀ ਡੋਮੇਨ 'ਚ ਕਲਚਰ ਦਾ ਜਿਹੜਾ ਹੈਵੇ ਉਹਦੇ 'ਚ ਸਾਫੀ ਨੇ ਬਹੁਤ ਹੀ ਉਹਨਾਂ ਦਾ ਤਜਰਬਾ ਹੈ ਔਰ ਸ਼ੋਬਿਜ਼ ਨੂੰ ਖਾਸ ਤੌਰ 'ਤੇ ਉਹਨਾਂ ਨੇ ਵੇਖਿਆ ਹੈ 18 ਸਾਲਾ ਤਜਰਬਾ ਹੈ ਖਬਰਾਂ 'ਚ 2003 ਤੋਂ ਉਹਨਾਂ ਨੇ ਕੰਮ ਸ਼ੁਰੂ ਕੀਤਾ ਫਿਰ PNN ਇਲੈਕਟ੍ਰੋਨਿਕਸ ਮੀਡੀਆ ਨਾਲ ਵੀ ਅਟੈਚ ਹੋਏ ਬਤੌਰ ਸ਼ੋਬਿਜ਼ ਰਿਪੋਰਟਰ ਔਰ ਇੱਕ ਲੰਮੀ ਉਹਨਾਂ ਦੀ ਜ਼ਿੰਦਗੀ ਦੇ ਵਾਕਿਆਤ ਨੇ ਹਿਸਟਰੀ ਹੈ ਔਰ ਸ਼ੋਬਿਜ਼ ਜ਼ਾਹਿਰ ਇੱਕ ਬਹੁਤ ਵੱਡਾ ਇੱਕ ਸਾਡੀ ਇੰਡਸਟਰੀ ਹੈ ਔਰ ਅੱਜ ਉਸ ਇੰਡਸਟਰੀ 'ਚ ਇਸਾਫੀ ਜਿਹੜੇ ਨੇ ਸ਼ੋਬਿਜ਼ ਦੇ ਉਹਨਾਂ ਨੇ ਇਸ ਨੂੰ ਦੇ ਸਾਰੇ ਜਿਹੜੇ ਪੱਖ ਨੇ ਉਹਨਾਂ ਨੂੰ ਉਜਾਗਰ ਕਰਦੇ ਨੇ ਉੱਤੇ ਝਾਤ ਪਾਉਂਦੇ ਨੇ ਨਜ਼ਰ ਮਾਰਦੇ ਨੇ। ਮੇਰੀ ਮੁਰਾਦ ਸਾਡੇ ਨਾਲ ਅੱਜ ਜਿਹੜੇ ਮਿੱਤਰ ਨੇ ਸ਼ੋਬਿਜ਼ ਦੇ ਸਾਫੀ ਉਹ ਨੇ ਜ਼ਹੀਰ ਸ਼ੇਖ ਸਾਹਿਬ ਔਰ ਬਹੁਤ ਹੀ ਐਨਰਜੈਟਿਕ ਬੰਦੇ ਨੇ ਬਹੁਤ ਹੀ ਐਨਰਜੀ ਇਹਨਾਂ 'ਚ ਆਪਣੇ ਕੰਮ ਦੇ ਹਵਾਲੇ ਨਾਲ ਆਪਣੇ ਗੁਣ ਦੇ ਹਵਾਲੇ ਨਾਲ ਔਰ ਉਹਨਾਂ ਦੇ ਉੱਤੇ ਗੱਲ ਕਰਨ ਲਈ ਵੀ ਸਾਡੇ ਕੋਲ ਅੱਜ ਬਹੁਤ ਗੁਣੀ ਔਰ ਗਿਆਨੀ ਲੋਕ ਵੱਡੇ ਲੋਕ ਬੈਠੇ ਨੇ ਔਰ ਉਹਨਾਂ 'ਚ ਪਾਕਿਸਤਾਨ ਫਿਲਮ ਇੰਡਸਟਰੀ ਦਾ ਇੱਕ ਵੱਡਾ ਨਾਂ ਡਰਾਮੇ ਦਾ ਇੱਕ ਵੱਡਾ ਨਾਂ ਸਟੇਜ ਡਰਾਮੇ ਦਾ ਇੱਕ ਵੱਡਾ ਨਾਂ ਜਿਸ ਵੀ ਸ਼ੋਭੇ 'ਚ ਸਦਾਕਾਰੀ 'ਚ ਤੁਸੀਂ ਵੇਖੋਗੇ ਅਗਰ ਆਵਾਜ਼ ਦੀ ਦੁਨੀਆ 'ਚ ਤਾਂ ਉਹਨਾਂ ਦਾ ਇੱਕ ਬੜਾ ਵੱਡਾ ਨਾਂ ਹੈ। ਮੇਰੀ ਮੁਰਾਦ ਰਾਸ਼ਦ ਮਹਿਮੂਦ ਹੋਰਾਂ ਤੋਂ ਹੈ ਰਾਸ਼ਦ ਮਹਿਮੂਦ ਸਾਹਿਬ ਸਾਡੇ ਕਹਿੰਦੇ ਨੇ ਕਿ ਆਰਟਿਸਟ ਫਨਕਾਰ ਔਰ ਅਦੀਬ ਮੁਆਸ਼ਰੇ ਦੀ ਅੱਖ ਹੁੰਦਾ ਹੈ ਔਰ ਇਹ ਉਹ ਲੋਕ ਨੇ ਜਿਨ੍ਹਾਂ ਨਾਲ ਅਸੀਂ ਕਿਸੇ ਸੁਸਾਇਟੀ ਨੂੰ ਵੇਖ ਸਕਦੇ ਹਾਂ ਕਿਸੇ ਸੁਸਾਇਟੀ ਨੂੰ ਸਮਝ ਸਕਦੇ ਹਾਂ ਜਾਣ ਸਕਦੇ ਹਾਂ। ਅਤੇ ਰਾਸ਼ਦ ਮਹਿਮੂਦ ਸਾਹਿਬ ਨੂੰ ਜ਼ਹੀਰ ਸ਼ੇਖ ਸਾਹਿਬ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਸਰ ਜੀ ਆਇਆਂ ਨੂੰ ਜੀ ਆਇਆਂ ਇਸ ਪ੍ਰੋਗਰਾਮ 'ਚ ਅਤੇ ਸ਼ੇਖ ਸਾਹਿਬ ਤੁਹਾਡੇ ਤੋਂ ਗੱਲ ਸ਼ੁਰੂ ਕਰਨੀ ਆ ਫਿਰ ਰਾਸ਼ਦ ਸਾਹਿਬ 'ਤੇ ਆਉਂਦੇ ਅਤੇ ਕੈਸਾ ਲੱਗਿਆ ਤੁਹਾਨੂੰ ਸਾਡੇ ਸਟੂਡੀਓ 'ਚ ਆ ਕੇ? ਜੀ ਸਭ ਤੋਂ ਪਹਿਲੇ ਤਾਂ ਮੈਂ ਪਿਲਾਕ ਦੇ ਲੋਕ ਸਟੂਡੀਓ 'ਚ ਆਉਣ ਉੱਤੇ ਮੈਂ DG ਪਿਲਾਕ ਡਾਕਟਰ ਸੁਗਰਾ ਸਦਫ ਔਰ ਬਹੁਤ ਪਿਆਰੇ ਸਾਡੇ ਦੋਸਤ ਹੈਦਰ ਖਾਕਾਨ ਸਾਹਿਬ ਨੂੰ ਮੈਂ ਮੁਬਾਰਕਬਾਦ ਵੀ ਦਿਆਂਗਾ ਔਰ ਇਹਨਾਂ ਦਾ ਮੈਂ ਸਮਝਣਾ ਸ਼ੁਕਰੀਆ ਵੀ ਅਦਾ ਕਰਾਂਗਾ ਕਿ ਇਹਨਾਂ ਨੇ ਇੱਕ ਖੂਬਸੂਰਤ ਮੌਕਾ ਫਰਾਹਮ ਕੀਤਾ ਕਿ ਮੈਂ ਅੱਜ ਇੰਨੇ ਅੱਛੇ ਔਰ ਇੰਨੇ ਅਦੀਬ ਔਰ ਐਡੇ ਵਸੀ ਜ਼ੇਨ ਵਾਲੇ ਲੋਕਾਂ ਦੇ ਵਿੱਚ ਬੈਠ ਕੇ ਦੇਖੋ ਮੈਂ ਗੁਫ਼ਤਗੂ ਅੱਜ ਇਹਨਾਂ ਨੇ ਬਤੌਰ ਮਹਿਮਾਨ ਮੈਨੂੰ ਬੁਲਾਇਆ ਇਹ ਤਾਂ ਬੜੀ ਇਹਨਾਂ ਦੀ ਅੱਜ ਦਾ ਪ੍ਰੋਗਰਾਮ ਇਹਨਾਂ ਦੇ ਹਵਾਲੇ ਨਾਲ ਹੋ ਰਿਹਾ ਔਰ ਇਹਨਾਂ ਦੀ ਸ਼ਖਸੀਅਤ ਔਰ ਫਨ ਦੇ ਹਵਾਲੇ ਨਾਲ ਔਰ ਇਹ ਸਾਡੇ ਪ੍ਰਾਹੁਣੇ ਨੇ ਉਚੇਚੇ ਪ੍ਰਾਹੁਣੇ ਨੇ ਔਰ ਜਿਹੜੇ ਇਹਨਾਂ 'ਤੇ ਗੱਲਬਾਤ ਕਰਨ ਵਾਲੇ ਮਹਿਮਾਨ ਨੇ ਮਾਸ਼ਾਅੱਲਾ ਇਹੀ ਮੈਂ ਕਹਿਣਾ ਚਾਹ ਰਿਹਾ ਸੀ ਕਿ ਗੁਫ਼ਤਗੂ ਮੈਂ ਮਹਿਮਾਨ ਇਹਨਾਂ ਨੇ ਮੈਨੂੰ ਇਨਵੀਟੇਸ਼ਨ ਦਿੱਤਾ ਮੈਨੂੰ ਬੜੀ ਖੁਸ਼ੀ ਹੋਈ ਕਿਉਂਕਿ ਇਹ ਲੋਕ ਵਿਰਸਾ ਸਾਡਾ
ਇਹਦੇ ਤੋਂ ਅਸੀਂ ਬਾਹਰ ਨਹੀਂ ਜਾ ਸਕਦੇ, ਅਸੀਂ ਇਹਦੇ 'ਚ ਹੀ ਰਹਿਣਾ। ਔਰ ਸਭ ਤੋਂ ਅੱਛੀ ਇਹ ਗੱਲ ਹੈ ਕਿ ਅੱਜ ਸਾਡੀ ਗੁਫ਼ਤਗੂ ਵੀ ਜਿਹੜੀ ਇਹਦੇ 'ਚ ਉਹ ਪੰਜਾਬੀ 'ਚ, ਤਾਂ ਮੈਨੂੰ ਉਹਦੇ ਬੜਾ ਅੱਛਾ ਲੱਗਦਾ ਕਿਉਂਕਿ ਮੈਂ ਪ੍ਰੈਕਟੀਕਲੀ ਪੰਜਾਬੀ ਸਹਾਫ਼ਤ ਕੀਤੀ ਹੈ ਕਈ ਸਾਲ, ਅਤੇ ਲਿਹਾਜ਼ਾ ਮੈਂ ਖਾਕਾਨ ਸਾਹਿਬ 2004 ਤੋਂ 2007 ਦੀ ਸ਼ੁਰੂ ਤੱਕ ਮੈਂ ਨਾ ਪੰਜਾਬੀ ਅਖਬਾਰ ਖਬਰਾਂ ਉਹਦੇ ਵਿੱਚ ਕਰਦਾ ਰਿਹਾ ਪੰਜਾਬੀ ਸਹਾਫ਼ਤ। ਔਰ ਮੈਂ ਸਮਝਣਾ ਕਿ ਪੰਜਾਬੀ, ਕਿਉਂਕਿ ਮੈਂ ਕਾਲਜ 'ਚ ਵੀ ਪੰਜਾਬੀ ਮੇਰੇ ਸਬਜੈਕਟ ਸੀ ਪੰਜਾਬੀ, ਉਹਦੇ ਹਿਸਾਬ ਨਾਲ ਮੈਂ ਉੱਤੋਂ ਫਿਰ ਪ੍ਰੈਕਟੀਕਲੀ ਜਦੋਂ ਫਿਰ ਮੈਨੂੰ ਪੰਜਾਬੀ ਅਖਬਾਰ ਮਿਲਿਆ, ਅਤੇ ਮੈਂ ਸਮਝਣਾ ਕਿ ਉਹਦੇ 'ਚ ਮੈਨੂੰ ਬਹੁਤ ਸਾਰਾ ਪੰਜਾਬ ਸਮਝਣ 'ਚ ਅਤੇ ਪੰਜਾਬੀ ਸਮਝਣ 'ਚ ਬੜੀ ਮਦਦ ਮਿਲੀ। ਅਤੇ ਅੱਜ ਕਿਉਂਕਿ ਲੋਕ ਵਿਰਸੇ 'ਚ ਵੀ ਪੰਜਾਬੀ ਨੂੰ ਬੜੀ ਅਹਿਮੀਅਤ ਦਿੱਤੀ ਜਾਂਦੀ ਹੈ ਔਰ ਪੰਜਾਬੀ ਹੀ ਬੋਲੀ ਜਾਂਦੀ ਹੈ। ਇੱਥੇ ਮੈਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਸਵਾਲ ਕਰਾਂਗਾ ਕਿ ਤੁਸੀਂ ਸ਼ੋਬਿਜ਼ 'ਚ ਸਹਾਫ਼ਤ 'ਚ ਆਏ ਅਤੇ ਸ਼ੋਬਿਜ਼ ਨੂੰ ਕਿਉਂ ਚੁਣਿਆ? ਸਵਾਲ ਬੜਾ ਇੰਟਰਸਟਿੰਗ ਹੈ, ਕਿਉਂਕਿ ਮੈਂ ਸਮਝਦਾ ਕਿ ਮੈਨੂੰ ਇਹਦਾ ਜਵਾਬ ਦੇਣ ਲੱਗਿਆਂ ਵੀ ਬੜਾ ਅੱਛਾ ਲੱਗੇਗਾ। ਦੇਖੋ ਮੈਂ ਪਹਿਲੇ ਤਾਂ ਤੁਹਾਨੂੰ ਦੱਸਾਂ, ਸਾਡੇ ਮੇਰੇ ਵਾਲਦ ਸਾਹਿਬ ਦਾ ਜਾਂ ਮੇਰੀ ਫੈਮਿਲੀ ਦਾ ਇਰਾਦਾ ਇਹ ਸੀ ਕਿ ਮੈਂ ਬਿਜ਼ਨਸ ਕਰਾਂ। ਅੱਛਾ, ਡੈਫੀਨੇਟਲੀ ਤੁਹਾਨੂੰ ਪਤਾ ਸਾਡੇ ਜੇ ਚਲੋ ਬਿਜ਼ਨਸ ਦਾ ਲਫ਼ਜ਼ ਆਉਂਦਾ ਤਾਂ ਮੈਂ ਫਿਰ ਸ਼ੋਬਿਜ਼ ਮੈਂ ਕਿਹਾ ਵੈਰੀ ਗੁੱਡ। ਅੱਛਾ, ਬਿਜ਼ਨਸ ਕਰਾਂ ਔਰ ਬਿਜ਼ਨਸ ਵਾਲਦ ਦੇ ਵਾਲਦ ਸਾਹਿਬ ਦੇ ਨਾਲ ਮੈਂ ਸਟਾਰਟ ਵੀ ਕੀਤਾ, ਕਰਦਾ ਰਿਹਾ, ਲੇਕਿਨ ਇੱਕ ਓਪਰਚੁਨਿਟੀ ਮੈਨੂੰ ਮਿਲੀ 2003 ਦੀ ਸਟਾਰਟ 'ਚ ਕਹਿ ਲਓ ਜਾਂ ਮਿਡ 'ਚ, ਕਿ ਇੱਕ ਖਬਰੇ ਅਖਬਾਰ 'ਚ ਵੈਕੈਂਸੀਆਂ ਆਈਆਂ, ਅਤੇ ਮੈਂ ਨਾ ਮੇਰੇ ਇੱਕ ਚਾਚੂ ਨੇ ਉਹ ਆਲਰੇਡੀ ਸਹਾਫ਼ਤ 'ਚ ਸਨ ਜੀ ਜੀ, ਅਤੇ ਉਹਨਾਂ ਨੇ ਮੈਨੂੰ ਦੱਸ ਪਾਈ ਕਿ ਇਹ ਵੈਕੈਂਸੀਆਂ ਆਈਆਂ ਨੇ ਅਤੇ ਇਹ ਵੀ ਕਾਲਜ ਕਰ ਰਿਹਾ ਨਾਲ ਨਾਲ, ਅਤੇ ਇਹ ਜਿਹੜਾ ਨਾ ਇਹਨੂੰ ਅੱਛਾ ਲੱਗੇਗਾ, ਇਹਨੂੰ ਨਾ ਤੁਸੀਂ ਵੈਕੈਂਸੀ ਤੁਸੀਂ ਜਾਓ ਟੈਸਟ ਦਿਓ ਜਾ ਕੇ। ਮੈਂ ਫਿਰ ਗਿਆ, ਮੈਂ ਜਾ ਕੇ ਟੈਸਟ ਦਿੱਤਾ, ਉਹ ਇਤਫਾਕ ਨਾਲ ਟੈਸਟ ਬਹੁਤ ਅੱਛਾ ਹੋ ਗਿਆ। ਅੱਛਾ, ਉਹ ਟੈਸਟ ਕਿਉਂਕਿ ਉਹ ਰਿਟਨ ਟੈਸਟ ਵੀ ਲੈਂਦੇ ਸਨ ਅਤੇ ਤੁਹਾਨੂੰ ਪਤਾ ਉਹ ਪ੍ਰੈਕਟੀਕਲੀ ਵੀ ਸਾਰਾ ਠੀਕ, ਉਹ ਟੈਸਟ ਜੋ ਮੈਂ ਕਲੀਅਰ ਕੀਤਾ ਨਾ, ਮੈਨੂੰ ਉਹਨਾਂ ਨੇ ਕਿਹਾ ਜੀ ਤੁਸੀਂ ਟੈਸਟ ਕਲੀਅਰ ਹੈ, ਤੁਸੀਂ ਜੁਆਇਨ ਕਰੋ। ਮੇਰੇ ਡੈਫੀਨੇਟਲੀ ਮੈਂ ਬੜਾ ਖੁਸ਼ ਹੋਇਆ, ਯਕੀਨ ਕਰੋ, ਕਿਉਂਕਿ ਮੇਰਾ ਸ਼ੁਰੂ ਤੋਂ ਸ਼ੌਕ ਸੀ ਕਿ ਮੈਂ ਨਾ ਜੋਬ ਕਰਾਂ, ਮੈਂ ਸੁਬਹਾ ਸੁਬਹਾ ਰੈਡੀ ਹੋ ਕੇ ਤਿਆਰ ਹੋ ਕੇ, ਅਤੇ ਪਤਾ ਹੋਇਆ ਕਿ ਮੈਂ ਟਾਈ ਸ਼ਾਈ ਲਾ ਕੇ ਅਤੇ ਨਿਕਲਿਆ ਜੋਬ ਕੰਮ 'ਤੇ ਚੱਲ ਕੰਮ 'ਤੇ ਜਾ ਰਿਹਾ ਇੱਕ ਪ੍ਰੈਕਟੀਕਲੀ। ਉਹ ਮੈਂ ਸਟਾਰਟ ਕਰ ਦਿੱਤੀ ਜੋਬ, ਬਸ ਹਾਲੇ 2-3 ਮਾਹ ਦਾ ਅਰਸਾ ਗੁਜ਼ਰਿਆ ਸੀ ਅਤੇ ਖਬਰੇ ਅਖਬਾਰ ਨੇ ਇੱਕ ਪੰਜਾਬੀ ਅਖਬਾਰ ਲਾਂਚ ਕੀਤਾ ਖਬਰਾਂ 2004 ਦੇ ਸਟਾਰਟ 'ਚ, ਅਤੇ ਮੈਂ ਨਾ ਖਬਰੇ 'ਚ ਤੋਂ ਸ਼ਿਫਟ ਹੋਣਾ ਚਾਹ ਰਿਹਾ ਸੀ। ਮੈਂ ਆਪਣੇ ਜਿਹੜੇ ਇੰਚਾਰਜ ਸਨ ਉੱਥੇ ਨਈਮ ਸਾਹਿਬ, ਅੱਲਾਹ ਤਾਲਾ ਉਹਨਾਂ ਨੂੰ ਗਰੀਕੇ ਰਹਿਮਤ ਕਰੇ, ਉਹ ਪਿਛਲੇ ਸਾਲ ਫੌਤ ਹੋਏ ਨੇ, ਅਤੇ ਹਾਫਜ਼ ਅਕਰਮ ਸਾਹਿਬ ਸਾਡੇ ਦੋਸਤ ਨੇ, ਉਹ ਇੰਚਾਰਜ ਸਨ ਉਸ ਸ਼ੋਬੇ 'ਚ ਨਾ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਨਈਮ ਸਾਹਿਬ ਮੈਨੂੰ ਤੁਸੀਂ ਨਾ ਇੱਥੋਂ ਸ਼ਿਫਟ ਕਰ ਦਿਓ, ਕਿਉਂਕਿ ਮੈਂ ਇੱਥੇ ਨਹੀਂ ਜੇ ਰਹਿਣਾ, ਮੈਂ ਜਿੰਨਾ ਕਰ ਲਿਆ ਮੈਂ ਕੁਛ ਹੋਰ ਕਰਨਾ ਚਾਹ ਰਿਹਾ। ਉਹਨਾਂ ਕਿਹਾ ਨਾ ਬੇਟਾ ਤੂੰ ਨਹੀਂ ਜਾਂਦਾ। ਮੈਂ ਇਹ ਤਾਂ ਉਹ ਵਾਕਿਆ ਨਾ ਤੁਹਾਡੇ ਸ਼ਿਫਟ ਹੋਣ ਦਾ, ਮੈਂ ਐਕਚੁਅਲੀ ਪੁੱਛਣਾ ਚਾਹ ਰਿਹਾ ਸੀ ਕਿਸ ਚੀਜ਼ ਨੇ ਤੁਹਾਨੂੰ ਖਿੱਚ ਪਾਈ ਕਿ ਤੁਸੀਂ ਸ਼ੋਅ ਵਿੱਚ ਚਲੇ ਗਏ? ਉਹਦੇ ਸਾਰੀ ਡਿਟੇਲਸ ਨੇ ਨਾ ਤੁਹਾਡੇ। ਜੀ 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 ਜੀ, ਉਹ ਹੋਇਆ ਕਿ ਅਸੀਂ ਨਹੀਂ ਜਾਂਦੇ, ਅਸੀਂ ਸਿਰਫ ਇਹ ਪੁੱਛਣਾ ਚਾਹ ਰਹੇ ਹਾਂ ਕਿ ਕਿਉਂ ਆਏ। ਹਾਂ, ਇਹਦਾ ਇੱਕ ਲੌਜੀਕ ਹੈ, ਉਹ ਬੜਾ ਜ਼ਬਰਦਸਤ ਹੈ, ਉਹ ਇਹ ਵੇ ਕਿ ਮੈਂ ਬਹੁਤ ਘੱਟ ਲੋਕਾਂ ਨੂੰ ਪਤਾ, ਲੇਕਿਨ ਅੱਜ ਮੈਂ ਕਿਹਾ ਉਹ ਦੱਸਣਾ ਦੱਸ ਦੇਣਾ। ਮੇਰੇ ਅੰਕਲ ਮਰਹੂਮ ਆਸਿਫ ਸ਼ੇਖ, ਅੱਛਾ, ਫਿਲਮ ਡਾਇਰੈਕਟਰ ਨੇ, ਅੱਛਾ ਜੀ, ਠੀਕ ਹੈ, ਉਹ ਡਾਇਰੈਕਸ਼ਨ ਕਰਦੇ ਸੀ, ਉਹਨਾਂ ਦੀ ਆਲਰੇਡੀ ਇੱਕ ਫਿਲਮ ਰਿਲੀਜ਼ ਹੋ ਚੁੱਕੀ ਸੀ ਦਿਲ ਦਾ ਚੋਰ, ਠੀਕ ਹੈ, 1995 'ਚ ਜੀ, ਅਤੇ ਬਹੁਤ ਸਵੀਟ ਬੰਦੇ ਸਨ, ਅੱਲਾਹ ਤਾਲਾ ਉਹਨਾਂ ਨੂੰ ਗਰੀਕੇ ਰਹਿਮਤ ਕਰੇ, ਫੌਤ ਹੋ ਗਏ ਨੇ, 3-4 ਸਾਲ ਹੋਏ ਨੇ, ਅਤੇ ਜਲਦੀ ਬਸ ਉਹਨਾਂ ਤੋਂ ਇੰਸਪਾਇਰ ਹੋ ਗਏ ਤੁਸੀਂ, ਉਹ ਇਸ ਫੀਲਡ 'ਚ ਸਨ। ਅੱਛਾ, ਤੇ ਮੈਂ ਅਕਸਰ ਨਾ ਉਹ ਅੰਦਰ ਦਾ ਕੀੜਾ ਜਿਹੜਾ ਸੀ ਐਕਟਿੰਗ ਦਾ ਸੀ। ਨਹੀਂ, ਅੱਛਾ, ਇਹ ਵੀ ਇਹ ਦੇਖੋ, ਹੁਣ ਮੈਂ ਤੁਹਾਨੂੰ ਅੱਜ ਇਹ ਵੀ ਇਨਸਪਾਇਰੇਸ਼ਨ ਕਰੇ ਮਿਲੀ ਹੈ, ਅੱਜ ਇਹ ਵੀ ਸਾਨੂੰ ਸੱਚ ਦੱਸ ਦੇਣਾ ਮੈਂ। ਹਾਂ ਜੀ, ਮੈਂ ਨਾ ਪਰਫੈਕਟ ਤੁਹਾਨੂੰ ਦੱਸਾਂਗਾ ਜੀ, ਐਕਟਿੰਗ ਦਾ ਜਿਹੜਾ ਕੀੜਾ ਸੀ ਨਾ, ਉਹ ਲੋਕ ਕਹਿੰਦੇ ਨੇ ਕਿ ਸ਼ੋਭੀ ਸਾਫੀ ਨੂੰ ਐਕਟਿੰਗ ਕਰਨ ਆਉਂਦੇ ਨੇ ਤੇ ਸਾਫੀ ਬਣ ਜਾਂਦੇ ਨੇ, ਐਸੀ ਗੱਲ ਕੋਈ ਨਹੀਂ ਸੀ। ਅੱਛਾ, ਵਾਕਈ ਐਸੀ ਗੱਲ ਕੋਈ ਨਹੀਂ, ਲੇਕਿਨ ਹਾਂ ਜਦੋਂ ਮੈਂ ਸਾਫਤ ਸ਼ੁਰੂ ਕੀਤੀ ਤੇ ਮੈਨੂੰ ਐਕਟਿੰਗ ਦੇ ਆਫਰ ਬੜੇ ਆਏ। ਅੱਛਾ, ਔਰ ਮੈਂ ਫਿਰ ਐਕਟਿੰਗ ਕੀਤੀ ਵੀ, ਠੀਕ ਹੈ, ਮੈਂ ਕੋਈ ਪੰਜਾਬੀ ਉਰਦੂ PTV ਦੇ ਕੋਈ 4-5 ਸੀਰੀਅਲ ਕੀਤੇ। ਅੱਛਾ, ਔਰ ਫਿਰ ਮੈਂ ਫੜ ਲਿਆ ਨਾ, ਫਿਰ ਇੱਥੇ ਫੜਿਆ, ਮੈਂ ਨਾ ਫਿਰ ਪ੍ਰਾਈਵੇਟ ਵੀ ਇੱਕ ਦੋ ਮੈਂ ਸੀਰੀਅਲ ਕੀਤੇ। ਅੱਛਾ, ਦੋਸਤਾਂ ਨੇ, ਲੇਕਿਨ ਮੈਨੂੰ ਬਹੁਤ ਸਾਰੇ ਲੋਕ ਕਹਿੰਦੇ ਰਹੇ ਕਿ ਤੁਸੀਂ ਨਾ ਐਕਟਿੰਗ ਕਰ ਲਓ, ਲੇਕਿਨ ਖਾਕਾਨ ਸਾਹਿਬ ਮੈਂ
दो चीज़ां सन जी जी एक्टिंग ते साफ़त देखो एदे च ना मैं समझना कि यह भी एक प्रॉपर जॉब है फुल टाइम ठीक है तो एक्टिंग भी फुल टाइम जॉब है जेरे लोग इनू भी लेंदे ने ना पार्ट टाइम वह भी एक्टर नहीं जो होंगे सीधे राशि साहब दसन गए बारे ज़्यादा बेहतर मैं ना फिर दोवों चो एक चॉइस करनी सी क्योंकि मुस्तकबिल बनाना है वो तो एक इनिशियल स्टेज से तो पता है ना बंदा सारे काम में हाथ पा लेंदा है कोई नहीं लेकिन आखिरकार एक अपॉर्चुनिटी या एक मुस्तकबिल एक चीज़ तू चुननी पैंती है फिर मैं ना साफत नू चुने साफत चुन ली शोबिज चा गए जी और शोबिज क्योंकि मैं स्टार्ट ले लिया सी तो वह फिर अल्लाह का शुक्र कह लो या इन्ना कह लो कि मेरे राशिद साहब हो गए मस्ताना साहब हो गए रूबी अनम ए स्टार्ट तो इन्हों के नाल मेरा एक अच्छा तालुक हो गया साहब साढ़े नाल ही बैठे ने असी राशिद साहब नू ही पुछने ਤੁਹਾਡੇ ਨਾਲ ਤਾਂ ਗੱਪਸ਼ਪ ਸਾਡੀ ਜਾਰੀ ਰਹੇਗੀ ਕਿ ਰਾਸ਼ਿਦ ਸਾਹਿਬ ਤੁਸੀਂ ਤੁਹਾਡੇ ਨਾਲ ਇਹਨਾਂ ਦਾ ਤਾਲੁਕ ਹੈ ਕੈਸਾ ਇਹਨਾਂ ਨੂੰ ਬਤੌਰ ਸਾਫੀ ਪਾਇਆ ਤੁਸੀਂ ਇਹਨਾਂ ਨੂੰ ਦੇਖੋ ਉਹਨਾਂ ਨੇ ਐਕਟਿੰਗ ਦੀ ਗੱਲ ਤਾਂ ਆਪ ਹੀ ਉਹਨਾਂ ਦੇ ਨਿਕਲ ਗਈ ਮੂੰਹ ਹਾਂਜੀ ਅਤੇ ਅਸਲ 'ਚ ਕੋਈ ਵੀ ਜ਼ਿੰਦਗੀ ਦਾ ਸ਼ੋਭਾ ਜਿਹੜਾ ਜੀ ਜੀ ਰੂਟ ਤੁਸੀਂ ਇਖਤਿਆਰ ਕਰਦੇ ਹੋ ਉਹ ਸਭ ਤੋਂ ਪਹਿਲੇ ਤਾਂ ਤੁਹਾਨੂੰ ਆਪਣੇ ਅੰਦਰ ਝਾਂਕਣਾ ਪੈਂਦਾ ਕਿ ਮੇਰੇ ਰੱਬ ਨੇ ਮੈਨੂੰ ਸਿਰਫ ਆਟਾ ਖਾਣ ਵਾਸਤੇ ਜ਼ਮੀਨ 'ਤੇ ਭੇਜਿਆ ਜਾਂ ਮੇਰੇ ਜ਼ਿੰਮੇ ਕੋਈ ਕੰਮ ਕੋਈ ਹੋਰ ਵੀ ਕੰਮ ਹੈ ਕੀ ਮੈਂ ਕਰ ਸਕਦਾ ਉਹਦੇ 'ਚ ਇੱਕ ਪਲੱਸ ਪੁਆਇੰਟ ਹੁੰਦਾ ਕਿ ਜਿਸ ਬੰਦੇ ਦੇ ਕੋਂਟੈਂਟਸ ਰੱਬ ਨੇ ਅਸਥੈਟਿਕਸ ਜਮਾਲੀਆਤੀ ਹਿੱਸ ਰੱਖੀ ਹੁੰਦੀ ਹੈ ਉਹ ਉਹਦੇ 'ਚੋਂ ਜ਼ਿਆਦਾ ਛੇਤੀ ਸਕੈਨ ਕਰ ਲੈਂਦਾ ਕਿ ਮੈਂ ਕਿਹੜੇ ਰੂਟ 'ਤੇ ਜਾਂ ਕਿਹੜੇ ਕੰਮ 'ਚ ਜ਼ਿਆਦਾ ਐਕਟਿਵ ਔਰ ਮੈਂ ਜ਼ਿਆਦਾ ਉਹਦੇ 'ਤੇ ਕੰਸਨਟਰੇਟ ਕਰ ਸਕਦਾ ਹੈ ਜਿਹੜਾ ਬੰਦਾ ਆਪਣੇ ਅੰਦਰ ਡਿਸਕਵਰ ਕਰ ਲੈਂਦਾ ਕਿ ਮੈਨੂੰ ਰੱਬ ਨੇ ਜਿਹੜੀ ਖਸੂਸੀ ਅਤਾ ਕੀਤੀ ਹੈ ਉਹ ਕੀ ਹੈ ਉਹ ਫਿਰ ਇੱਕ ਨਕਸ਼ਾ ਬਣਾਉਂਦਾ ਆਪਣੀ ਜ਼ਿੰਦਗੀ ਦੇ ਟਾਰਗੇਟ ਦਾ ਰਾਈਟ ਉਹਦੇ 'ਤੇ ਨਿਕਲਦਾ ਫਿਰ ਉਹ ਐਵੇਂ ਨਹੀਂ ਬਥਵਾ ਹੋ ਕੇ ਮੂੰਹ ਚੁੱਕ ਕੇ ਤੁਰ ਪੈਂਦਾ ਕਿ ਮੈਂ ਵੀ ਕਰ ਲਾਂਗਾ ਇਹ ਵੀ ਕਰ ਲਾਂ ਸਾਡੀ ਜ਼ਿੰਦਗੀ 'ਚ ਬੇਸ਼ੁਮਾਰ ਅਹਿਬਾਬ ਦੋਸਤ ਆਏ ਜਿਨ੍ਹਾਂ ਨੇ ਮਲਟੀ ਰੂਟਸ ਜਿਹੜੇ ਨੇ ਉਹ ਇਹ ਨਹੀਂ ਹੋਇਆ ਅਤੇ ਇਹ ਕਰ ਲਿਆ ਕਰ ਲਿਆ ਕਰ ਲਿਆ ਟਾਰਗੇਟ ਜਿਹੜਾ ਉਹ ਇੱਕ ਫਾਈਨਲ ਕਰਕੇ ਨਿਕਲਣਾ ਪੈਂਦਾ ਹੈ ਬੰਦੇ ਨੂੰ ਜਿਹੜਾ ਆਪਣੇ ਉਸ ਟਾਰਗੇਟ ਨੂੰ ਫਾਈਨਲ ਇੱਕ ਬਣਾ ਲੈਂਦਾ ਕਿ ਮੈਨੂੰ ਕਰਨਾ ਹੈ ਮੇਰਾ ਹੈ ਟਾਰਗੇਟ ਮੈਂ ਇੱਥੇ ਪਹੁੰਚਣਾ ਉਹ ਫਿਰ ਨਾ ਤਾਂ ਇਨਵਾਇਰਮੈਂਟ ਸਰਾਊਂਡਿੰਗ ਦੇਖਦਾ ਮੁਆਫਕਤ ਕੁਛ ਨਹੀਂ ਉਹਦਾ ਇਰਾਦਾ ਹੁੰਦਾ ਕਿ ਮੈਂ ਕਰਨਾ ਉਹ ਆਪਣੀ ਕੰਟਰੀਬਿਊਸ਼ਨ ਜਿਹੜੀ ਉਸ ਸ਼ੋਅ ਵਿੱਚ ਕਰਨਾ ਸ਼ੁਰੂ ਕਰ ਦਿੰਦਾ ਹੈ ਗੱਲ ਹੁਣ ਅਸੀਂ ਅੱਜ ਜ਼ਹੀਰ ਸ਼ੇਖ ਸਾਹਿਬ ਦੀ ਕਰਨੇ ਪਏ ਜ਼ਹੀਰ ਸ਼ੇਖ ਸਾਹਿਬ ਨਾਲੇ ਜਦੋਂ ਇਸ ਸ਼ੋਅਬੇ 'ਚ ਆਏ ਨੇ ਬਿਲਕੁਲ ਇਬਤਦਾ ਸੀ ਮੇਰੀ ਮੁਲਾਕਾਤ ਔਰ ਮੈਂ ਬੜਾ ਬਲੈਸਡ ਆਦਮੀ ਹੈ ਕਿ ਮੇਰੇ ਇਸ ਮੁਲਕ ਦੇ ਬੜੇ ਬੜੇ ਵੱਡੇ ਜਿਹੜੇ ਅਸਲੇ ਲੈਜੈਂਡਸ ਨੇ ਨਾ ਉਹਨਾਂ ਸਾਰਿਆਂ ਨੇ ਮੇਰੀ ਸਾਰੀ ਜ਼ਿੰਦਗੀ ਐਫੀਲੇਸ਼ਨ ਰਹੀ ਹੈ ਜਾਂ ਇਹ ਬਾਬਾ ਜਦੋਂ ਮੈਂ ਚੁੱਕ ਕੇ ਹਮੇਸ਼ਾ ਦੇ ਬਜ਼ੁਰਗ ਹੈਗਾ ਜਦੋਂ ਮੈਂ ਮੁੰਡਾ ਵੀ ਸਾਂ ਮੈਂ ਉਦੋਂ ਵੀ ਬਾਬਾ ਹੀ ਸਾਂ ਅਤੇ ਇਹ ਮੇਰੇ ਅਹਿਬਾਬ ਜਿਹੜੇ ਨੇ ਸਾਰੇ ਦੇ ਸਾਰੇ ਸਾਡੇ ਸ਼ੋਬਿਸ ਦੇ ਰਿਪੋਰਟਰਾਂ 'ਚ ਇਹਨਾਂ ਦੇ ਦਾਨਿਸ਼ਵਰਾਂ 'ਚ ਉਹਨਾਂ ਸਾਰਿਆਂ 'ਚ ਉਹ ਇੱਕ ਜ਼ਿੰਦਗੀ ਦਾ ਸਾਥ ਰਿਹਾ ਉਹਨਾਂ ਸਾਰਿਆਂ ਦਾ ਸਹੀ ਇਹਦੇ ਨਾਲ ਜ਼ਹੀਰ ਸ਼ੇਖ ਨਾਲ ਵੀ ਦੋ ਢਾਈ ਤਿੰਨ ਦਿਹਾਈਆਂ ਜਦੋਂ ਅਜੇ ਖਾਲੀ ਫਿਰੀ ਜਾਂਦਾ ਸੀ ਵਾਲ ਵੁਲ ਵਾਹ ਕੇ ਉਦੋਂ ਦਾ ਵੀ ਮੇਰੇ ਨਾਲ ਇਹਦੀ ਇੱਕ ਐਫੀਲੇਸ਼ਨ ਹੁੰਦੀ ਸੀ ਜ਼ਹੀਰ ਸ਼ੇਖ ਨੇ ਜਿਸ ਤਰ੍ਹਾਂ ਇਹਨੇ ਆਪਣੀ ਥੋੜ੍ਹੀ ਜਿਹੀ ਹਿਸਟਰੀ ਦੱਸੀ ਇਹ ਸ਼ੋਬਿਸ ਜਿਸਲੇ ਇਸ ਰਿਪੋਰਟਿੰਗ 'ਚ ਆਇਆ ਐਕਟਿੰਗ ਵੀ ਕੀਤੀ ਹੈ ਔਰ ਮੇਰੇ ਇਲਮ 'ਚ ਇਹਨੇ ਜਿਹਨਾਂ ਡਰਾਮਿਆਂ 'ਚ ਇਹਨੇ ਕੀਤੀ ਉਹ ਮੈਂ ਉਸਲੇ ਜ਼ਾਹਰ ਇਹੋ ਕੰਮ ਮੈਂ ਵੀ ਸਾਰੀ ਜ਼ਿੰਦਗੀ ਆਪਣਾ ਰਾਸ਼ਿਦ ਸਾਹਿਬ ਤੁਹਾਨੂੰ ਮੈਂ ਕਥਾ ਕਲਾਮੀ ਮਾਫ ਫਿਰ ਤਾਂ ਸਾਨੂੰ ਇਹਨਾਂ ਦੇ ਬਤੌਰ ਐਕਟਰ ਜ਼ਿਆਦਾ ਇਹਨਾਂ ਦਾ ਇੰਟਰਵਿਊ ਕਰਨਾ ਚਾਹੀਦਾ ਬਤੌਰ ਸਾਫ ਨਹੀਂ ਉਹਦੇ ਕੋਲ ਹੋਈ ਨਹੀਂ ਨਾ ਉਹ ਮੇਰਾ ਅਰਸਾ ਘੱਟ ਹੈ ਮੁਸੀਬਤ ਹੈਗੀ ਹੈ ਕਿ ਐਕਟਿੰਗ ਜਿਹੜੀ ਹੈ ਨਾ ਉਹ ਹਰ ਇੱਕ ਦਾ ਕੰਮ ਉਹਦੇ ਵਾਸਤੇ ਗੋਡ ਗਿਫਟਡ ਕੰਟੈਂਟਸ ਹੁੰਦੇ ਨੇ ਜਿਹੜੇ ਰੱਬ ਨੇ ਅੰਦਰ ਪਾ ਕੇ ਭੇਜੇ ਹੁੰਦੇ ਨੇ ਸਹੀ ਇੱਕ ਹੁੰਦਾ ਕੰਮ ਕਰਨਾ ਇੱਕ ਹੁੰਦਾ ਕੰਮ ਪਾਉਣਾ ਅਤੇ ਥੋੜ੍ਹੀ ਦੇਰ ਜਿਹਨੂੰ ਨਹੀਂ ਆਉਂਦੀ ਹੁੰਦੀ ਉਹ ਕੁਛ ਦੇਰ ਤਾਂ ਕੰਮ ਪਾ ਲੈਂਦਾ ਫਿਰ ਉਸ ਤੋਂ ਬਾਅਦ ਉਹ ਜਾਂ ਫਿਰ ਦੁਬਈ ਚਲੇ ਜਾਂਦਾ ਜਾਂ ਕਿਤੇ ਹੋਰ ਅਬਰਾਡ ਚਲੇ ਜਾਂਦਾ ਫਿਰ ਉੱਥੇ ਪੈਸੇ ਵੱਟਣ ਦੇ ਚੱਕਰ 'ਚ ਹੋ ਜਾਂਦਾ ਜ਼ਹੀਰ ਸ਼ੇਖ ਨੇ ਜਿਸਲੇ ਸ਼ੋਬਿਸ ਰਿਪੋਰਟਿੰਗ ਨੂੰ ਚੁਣਿਆ ਅਤੇ ਉਹਦੇ 'ਚ ਫਿਰ ਇਹਦੇ 'ਚ ਸਭ ਤੋਂ ਵੱਡੀ ਜਿਹੜੀ ਮੈਂ ਇਹਦੇ ਇੱਕ ਦੇਖੀ ਹੈ ਇਹਦੇ 'ਚ ਇੱਕ ਖੂਬੀ ਹੈ ਉਹ ਇਹ ਕਿ ਇਹ ਆਪਣੇ ਸੀਨੀਅਰਸ ਨਾਲ ਜਿਹੜੇ ਇਹਦੇ ਸ਼ੋਬੇ ਦੇ ਨੇ ਔਰ ਆਪਣੇ ਦੋਸਤਾਂ ਨਾਲ ਆਪਣੇ ਹਲਕੇ ਅਹਿਬਾਬ ਨਾਲ ਇੱਕ ਮੁਸ਼ਾਵਰਤ ਦਾ ਕ੍ਰਿਜ਼ਮਾ ਜਿਹੜਾ ਨਾ ਉਹ ਇਹਦੇ ਅੰਦਰ ਹੈ ਅੱਛਾ ਉਹ
मुशावरत जिहड़ी ना बंदे नूं अफाका दिंदी है, फायदा दिंदी है। सारा कुछ मैनू अज जिहड़ी चीज़ समझ नहीं आती मैं पूछ लैंदा दूसरे को कि यार की कन्फ्यूजन उहदे च मेरे इलम च इजाफा हुंदा है। इन्हें अखबारों च मुख्तलिफ प्रिंट मीडिया च इन्हें मुख्तलिफ शोबिज के हवाले नाल काम किया। फिर उस तो बाद जो साढ़े चैनलों की भरमार आई फिर थोड़ा जे उधर उस पास कन्वर्ट होए मुख्तलिफ चैनलों से इन्हें रिपोर्टिंग लेकिन की इन्हें शोबिज की रिपोर्टिंग सारी की सारी यदा टारगेट जोड़ा सी शोबिज रिपोर्टिंग का ही हूँ। इन लोग किसी कमेंट्स होंगे कि यार बड़ा तेज तो बड़ा होशियार तो मैं समझना ये इनोसेंट है क्रिजमे नाल उस काम च टुरिया और मैं यकीन है कि अज जरा सैशन करते पे मेरे तो बाद जो दूसरे अहबाब भी सारे इतने आने इस इनोसेंस न कुछ लोग खोचलपुना भी समझते नहीं ये सचमुच का इनोसेंट है और यह जरा इनोसेंस जी मासूमियत है यह एक कन्विंसिंग जैसचर है कि मेरे बाद मैं यकीन है बड़े बड़े नामवर मुतासरीन हो गए जे इस प्रोग्राम से बारे च गुफ्तगु करेंगे। असल खाकान साहब जोड़ा बंदा नक्शा बना के जिंदगी का निकलता है ना उन्होंने देर सवेर जरूर होंगी है बिल्कुल ठीक हो वे पी वो अपना काम जड़ेगा वो करके जाता है देर हो जाती है छेती हो जाता है कुछ ब्लैस्ड लोग होंगे ने उन्होंने मौके आसानियाँ मिलदियाँ जा कई की सराउंडिंग मुआफकत नहीं होंगी लेकिन वो अपना काम फिर भी करके जाते तो सो मैं समझना कि ज़हीर शेख साहब एक कमिटेड आदमी है एक टारगेट लैके जिंदगी निकलिया करता पिया है काम मुख्तलिफ चैनलों तो हमने बड़ा एक अच्छा नवा चैनल है वो इन्हें ज्वाइन किया और उत्थे खासा मेरी बड़ी दुआवें जोड़ा बंदा काम करन दी नियत रखता है कमिटेड इफेक्ट्स बिलीवर है तो नाले वो गर्दन चो एक खाम खा दा सरिया नहीं होंदा वो है ना अपना मियाँ मोहम्मद बख्श साहब दा है ने दो मिसरे के उच्चा ना रखाया जिसने चुल्हे दे विच सड़िया नीवाओं के लंग मोहम्मद लंग जाएगा अड़िया तो जोड़ा अपनी गर्दन चो सरिया नहीं रखता एक सीखण दा प्रोसेस लैके निकलता तो मुड़ के वो दुनिया नू सिखा के जांदा अपनी जिंदगी सारे दा सारा। बहुत मेहरबानी साढ़े नाल राशिद महमूद साहब सन पाकिस्तान दे बहुत ही उच्चे सुच्चे फनकार और उन्होंने बहुत अच्छी ज़हीर शेख साहब बारे अपने विचार सांझे कीते ने। हुण साढ़े नाल अगले मेहमान होणगे उन्होंने तो बाद अहसन ज़िया फीचर राइटर ने दी न्यूज़ दे और मैं उन्होंने दरखास्त करांगा कि वह भी आन ते अपने विचार साढ़े नाल सांझे करन। अहसन ज़िया फीचर राइटर द न्यूज़ ने पंजाब यूनियन जर्नलिस्ट यूनियन ऑफ जर्नलिस्ट के सबका जड़े ने सदर ने एंकर परसन ने और अजकल भी एक प्रोग्राम कर रहे ने बहुत ही अच्छा प्रोग्राम है और धन भाग के वो साढ़े स्टूडियो तशरीफ लियाए जी आया नू सर। अहसन साहब तुहाडे दोस्त ने शेख साहब ज़हीर शेख साहब तो इन बारे अपने विचार साढ़े नाल सांझे करो कि इन्हों की रफाकत तुहानू कैसा महसूस होया। खाकान साहब इन्हों की तरफ आने तो पहले ना मैं चाहवागा तुहाडे बारे में कोई गल करा जी जरूर जी। मेरी तुहाडे नाल फस्ट मुलाकात है और मैं तुहानू उत्थे बैठ के दूसरी कुर्सी ते सुन रहा सर राशिद साहब। अच्छा तुसीं जिस खूबसूरत अंदाज विच पंजाबी बोलदे पे सन जी जी बड़ा अच्छा लगा बिल्कुल जिस तरह मोतियां तस्वीर के दाने ना इस तरह तुसीं वर्डिंग पंजाबी दे जिहड़े कर रहे सो पंजाबी चूंकि साडी मां बोली है और इन बोलने से सानू डेफिनेटली किसी इंस्टीट्यूशन की जरूरत नहीं है जी बिल्कुल साडे खून ही चाहिए जाहिर है जी ऐसी मां और पंजाबी दुनिया की एक बड़ी जबाना चो एक जबान है खूबसूरती यही है कि बड़ी मिठी जबान है जी लेकिन इन मिठा मिठा बोलना भी बड़ा औखा काम जे तुसी बहुत सोहना बोलिया सलामत रहो बड़ी मेहरबानी बहुत शुक्रिया जी। ते जितों तक शेख साहब का ताल्लुक है मेरे इन्हां नाल एक पुराना ताल्लुक है हाँ जी और ताल्लुक की एक वजह जिहड़ी जिस तरह राशिद साहब ने कहा जी कि इनोसेंट ने बड़े जी ते अंग्रेजी के दो लफ्ज़ ने जी एक होंगे जीनियस ते एक ईविल जीनियस बड़ा बारीक जिहा रिचिंग जिहा फर्क होंदा जी। इसी तरह लोग जिहड़े एफर्ट करते हैं ना अपने आप अगे निकलने वास्ते तो बहुत सारे लोग कहते जी यह बड़ा चलाक है शातर है लेकिन वो चलाक और शातर नहीं होंगे बल्कि एक लोग होंगे बड़े पॉजिटिव एनर्जेटिक लव होंगे और इसमें मैं कहांगा कि वो अपनी एफर्ट करते हैं और फिर खूबसूरती दोस्तों के नाल चलते हैं बिल्कुल और दुनिया में समझना सब तो अहम चीज़ है कि दूसरों के एहसास जोड़ा भी ख्याल रखना
ਬਿਲਕੁਲ ਤਰੱਕੀ ਦੀ ਇਸ ਦੌੜ 'ਚ ਤੁਸੀਂ ਐਡਾ ਤੇਜ਼ ਨਾ ਦੌੜੋ ਕਿ ਤੁਸੀਂ ਦੂਜਿਆਂ ਦੇ ਅਹਿਸਾਸਾਤ ਔਰ ਉਹਨਾਂ ਦੀ ਜਿਹੜੀਆਂ ਤੁਹਾਡੀ ਅਖਲਾਕੀ ਕਦਰਾਂ ਨੇ ਉਹਨਾਂ ਨੂੰ ਰੋਂਦ ਕੇ ਨਿਕਲ ਜਾਓ। ਜ਼ਹੀਰ ਸ਼ੇਖ ਸਾਹਿਬ ਦੀ ਖੂਬਸੂਰਤੀ ਆਵੇ ਕਿ ਦੋਸਤਾਂ ਨੂੰ ਨਾਲ ਲੈ ਕੇ ਚੱਲਦੇ ਨੇ, ਆਪਣੇ ਦੋਸਤਾਂ ਦੇ ਅਹਿਸਾਸਾਤ ਦਾ ਵੀ ਧਿਆਨ ਰੱਖਦੇ ਨੇ, ਕਿਸੇ ਦੀ ਨਾਰਾਜ਼ਗੀ ਦਾ ਵੀ ਧਿਆਨ ਰੱਖਦੇ ਨੇ ਅਤੇ ਕਿਸੇ ਨੂੰ ਖੁਸ਼ ਕਰਨ ਦੀ ਵੀ ਕੋਸ਼ਿਸ਼ ਕਰਦੇ ਨੇ। ਜੀ ਠੀਕ ਹੈ। ਅਤੇ ਇਹਨਾਂ ਦੀ ਜਿਹੜੀ ਇੱਕ ਸ਼ਖਸੀਅਤ ਹੈ ਸਿੰਪਲੀ ਇੱਕ, ਮੈਂ ਸਮਝਦਾ ਮੈਂ ਇਹਨਾਂ ਨੂੰ ਇਸ ਕਦੀ ਇੱਕ ਐਂਗਲ ਨਾਲ ਨਹੀਂ ਦੇਖਿਆ, ਹਿਊਮਨ ਬੀਇੰਗ ਦੇ ਤੌਰ 'ਤੇ ਵੀ ਇਹਨਾਂ ਨੂੰ ਦੇਖਣਾ, ਐਜ਼ ਏ ਜਰਨਲਿਸਟ ਦੇ ਤੌਰ 'ਤੇ ਵੀ ਦੇਖਣਾ ਵਾ, ਯਾਨੀ ਇਹ ਦੋਵੇਂ ਚੀਜ਼ਾਂ ਇਹਨਾਂ ਦੇ ਨਾਲ ਹੈ ਜਿਸ ਲਈ ਲੈ ਕੇ ਚੱਲਦੇ ਨੇ, ਔਰ ਇੱਕ ਕੰਪੈਨੀਅਨ ਦੇ ਤੌਰ 'ਤੇ ਵੀ। ਜੀ ਠੀਕ। ਅਸੀਂ ਸਹਾਫ਼ੀਆਂ ਦੀ ਸਿਆਸਤ ਵੀ ਕਰ ਰਹੇ ਹਾਂ, ਮੈਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੈਂ ਐਕਸ ਪ੍ਰੈਜ਼ੀਡੈਂਟ ਵੀ ਹਾਂ ਪੰਜਾਬ ਯੂਨੀਅਨ ਆਫ ਜਰਨਲਿਸਟ, ਐਸ ਟਾ ਲਾਅ ਪ੍ਰੈਸ ਕਲੱਬ ਵੀ ਸਾਡਾ ਗਰੁੱਪ ਹੈ ਜੀ, ਉਹਦੇ 'ਚ ਵੀ ਮੇਰੇ ਨਾਲ ਚੱਲਦੇ ਨੇ, ਅਤੇ ਮੇਰੇ ਨਾਲ ਇੱਕ ਬਹੁਤ ਵੱਡਾ ਹਲਕਾ ਹੈ ਬਾਬ ਹੈ ਦੋਸਤਾਂ ਦਾ, ਲੇਕਿਨ ਇਹ ਮੇਰੇ ਜਦੋਂ ਮੈਨੂੰ ਮਿਲੇ ਅਤੇ ਇੰਨੀ ਤੇਜ਼ੀ ਨਾਲ ਇਹ ਮੇਰੇ ਕਰੀਬ ਆਏ ਕਿ ਉਹ ਕਹਿੰਦੇ ਨੇ ਜੀ ਉਹ ਕਰੀਬ ਹੋਏ ਫਿਰ ਉੱਥੇ ਹੀ ਚਲੇ ਗਏ, ਕਿ ਬਹੁਤ ਸਾਰੇ ਮੇਰੇ ਕਰੀਬੀ ਦੋਸਤ ਮੇਰੇ ਕੋਲ ਨਾਰਾਜ਼ ਹੋ ਗਏ, ਬਲਕਿ ਅਕਸਰ ਵੀ ਕਹਿੰਦੇ ਨੇ ਜੀ ਉਹ ਜੋ ਫੈਸਲਾ ਉਹ ਕਰਨਗੇ ਉਹ ਤੁਸੀਂ ਕਰੋਗੇ, ਠੀਕ ਹੈ ਨਾ, ਉਹ ਤੁਹਾਡਾ ਹੀ ਫੈਸਲਾ ਹੋਏਗਾ। ਅਤੇ ਮੈਂ ਹੱਸ ਪੈਂਦਾ, ਮੈਂ ਉਹਨਾਂ ਨੂੰ ਕਹਿੰਦਾ ਕਿ ਗੱਲ ਹੈਗੀ ਕਿ ਜਿਹੜੀ ਵਫਾਦਾਰੀ ਉਹਨਾਂ 'ਚ ਹੈ, ਜਿਹੜਾ ਖਲੂਸ ਉਹਨਾਂ 'ਚ ਹੈ, ਜਿੰਨੀ ਸੱਚਾਈ ਨਾਲ ਉਹ ਟੁਰਦੇ ਨੇ ਤੁਸੀਂ ਟੁਰ ਲਓ, ਤੁਸੀਂ ਕਲੋਜ਼ ਹੋਵੋਗੇ। ਬਿਲਕੁਲ ਠੀਕ ਹੈ। ਜਿਸ ਲਈ ਤੁਸੀਂ ਕਾਫਲੇ ਲੈ ਕੇ ਚੱਲਦੇ ਹੋ ਅਤੇ ਉਹ ਸੱਚਾਈ ਤੋਂ, ਨਜ਼ਰੀਏ ਤੋਂ ਔਰ ਉਹਨਾਂ ਚੀਜ਼ਾਂ ਤੋਂ ਬਗੈਰ ਨਹੀਂ ਟੁਰਦੇ। ਅਤੇ ਅਗਰ ਤੁਸੀਂ ਵੈਲਫੇਅਰ ਦਾ ਕੋਈ ਕੰਮ ਕਰਨਾ ਚਾਹੁੰਦੇ ਹੋ ਜਾਂ ਸੁਸਾਇਟੀ ਦੇ ਅੰਦਰ ਬੀਇੰਗ ਏ ਜਰਨਲਿਸਟ ਕੋਈ ਅੱਛਾ ਕੰਮ ਕਰਨਾ ਚਾਹੁੰਦੇ ਹੋ, ਜਿਹੜਾ ਕਰਨਾ ਚਾਹੀਦਾ, ਇੱਕ ਸਹਾਫ਼ੀ ਦੀ ਜ਼ਿੰਮੇਵਾਰੀ ਤਾਂ ਸਭ ਤੋਂ ਪਹਿਲੇ ਇੱਥੋਂ ਬੜਾ ਸਾਫ਼ ਹੋਣਾ ਪੈਂਦਾ। ਬਿਲਕੁਲ ਠੀਕ। ਅਗਰ ਤੁਸੀਂ ਇੱਥੋਂ ਸਾਫ਼ ਨਹੀਂ ਨਾ ਹੈਗੇ ਤਾਂ ਤੁਹਾਡਾ ਕਿਸੇ ਕੰਮ 'ਚੋਂ ਸਫਾਈ ਨਜ਼ਰ ਹੀ ਨਹੀਂ ਆ ਸਕਦੀ। ਅਤੇ ਜਿੱਥੋਂ ਤੱਕ ਜ਼ਹੀਰ ਸ਼ੇਖ ਸਾਹਿਬ ਦਾ ਤਾਲੁਕ ਹੈ, ਇੱਥੋਂ ਬੜੇ ਸਾਫ਼ 'ਚ ਹੈ, ਬੜੀ ਕਲੈਰਿਟੀ ਹੈ ਇਹਨਾਂ ਦੀ, ਕਲੈਰਿਟੀ ਆਫ ਥਾਟਸ ਹੈ ਇਹਨਾਂ ਦੀ, ਠੀਕ ਹੈ, ਔਰ ਪ੍ਰੋਫੈਸ਼ਨਲੀ ਪੂਰੇ ਸਾਊਂਡ ਨੇ, ਠੀਕ ਹੈ, ਪੂਰੇ ਸਾਊਂਡ ਨੇ, ਉਹ ਚਾਹੇ ਪ੍ਰਿੰਟ ਮੀਡੀਆ ਦਾ ਕੰਮ ਹੋਵੇ ਚਾਹੇ ਇਲੈਕਟ੍ਰੋਨਿਕ ਦਾ ਕੰਮ ਹੋਵੇ, ਇਹ ਜਜ਼ਬਾਤ ਔਰ ਅਹਿਸਾਸਾਤ ਇਨਸਾਨੀ ਉਹਨਾਂ ਨੂੰ ਵੀ ਟੱਚ ਕਰਦੇ ਨੇ, ਇਹਨਾਂ ਦਾ ਕਲਮ ਵੀ ਟੱਚ ਕਰਦਾ ਜੇ ਆਪਣੇ ਅਲਫਾਜ਼ ਵਿੱਚ ਵੀ ਉਹਨਾਂ ਨੂੰ ਲਿਆਉਂਦੇ ਨੇ। ਅਤੇ ਦੇਖੋ ਸਹਾਫ਼ੀ ਜਿਹੜਾ ਹੁੰਦਾ ਨਾ, ਇਹ ਮਾਸ਼ਰੇ ਦਾ ਇੱਕ ਆਕਾਸ ਹੁੰਦਾ, ਠੀਕ ਹੈ, ਮਾਸ਼ਰੇ ਦੇ ਜਿਹੜੇ ਮਸਾਇਲ ਨੇ, ਮਾਸ਼ਰੇ ਦੀਆਂ ਜਿਹੜੀਆਂ ਵਾਈਬਸ ਹੁੰਦੀਆਂ ਨੇ ਉਹ ਅੱਗੇ ਫੈਲਾਉਂਦਾ, ਉਹ ਇੱਕ ਬ੍ਰਿਜ ਦੇ ਤੌਰ 'ਤੇ ਹੁੰਦਾ, ਉਹ ਇੱਕ ਮਹਿਰੂਮ ਤਬਕੇ ਦੀ ਆਵਾਜ਼ ਨੂੰ ਲੈ ਕੇ ਇੱਕ ਤਾਕਤਵਰ ਤਬਕੇ ਤੱਕ ਪਹੁੰਚਾਉਂਦਾ। ਅਗਰ ਉਹ ਬ੍ਰਿਜ ਠੀਕ ਨਹੀਂ ਹੋਏਗਾ ਤਾਂ ਪਹੁੰਚ ਨਹੀਂ ਸਕਦੀ। ਤਾਂ ਮੈਂ ਜ਼ਹੀਰ ਸ਼ੇਖ ਸਾਹਿਬ ਨੂੰ ਮੁਬਾਰਕਬਾਦ ਦਿੰਦਾ ਕਿ ਇਹਨਾਂ ਨੇ ਜਿੰਨਾ ਵੀ ਕੰਮ ਹੁਣ ਤੱਕ ਕੀਤਾ, ਦੂਜਿਆਂ ਤੋਂ ਮੁਨਫਰਦ ਕੀਤਾ, ਦੂਜਿਆਂ ਤੋਂ ਬਹੁਤ ਜ਼ਿਆਦਾ ਅੱਛਾ ਕੀਤਾ, ਔਰ ਹੁਣ ਡੈਫੀਨੇਟਲੀ ਇੱਕ ਚੈਨਲ ਨਾਲ ਵਿਵਸਥਾ ਔਰ ਜਿਹੜੀ ਤੇਜ਼ੀ ਨਾਲ ਕੰਮ ਕਰ ਰਹੇ ਨੇ, ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਕਿ ਪਾਕਿਸਤਾਨ ਦਾ ਜਿਹੜਾ ਮੇਨ ਸਟ੍ਰੀਮ ਮੀਡੀਆ ਔਰ ਪਾਕਿਸਤਾਨ ਦੀ ਜਿਹੜੀ ਮੇਨ ਸਟ੍ਰੀਮ ਜਰਨਲਿਸਟ ਜਰਨਲਿਜ਼ਮ ਹੈ ਪੂਰੇ ਅੰਦਰ ਹੈ, ਤੁਹਾਨੂੰ ਇੱਕ ਦਰਖਸ਼ਾਂ ਸਿਤਾਰੇ ਦੇ ਤੌਰ 'ਤੇ ਨਜ਼ਰ ਆਉਣਗੇ, ਇਹ ਬੜੀ ਤੇਜ਼ੀ ਨਾਲ ਉੱਭਰ ਰਹੇ ਨੇ, ਇਹ ਉਸੇ ਤਰ੍ਹਾਂ ਹੀ ਉੱਭਰਨਗੇ। ਔਰ ਇੱਥੇ ਮੈਂ ਸ਼ੁਕਰੀਆ ਅਦਾ ਕਰਾਂਗਾ ਪਿਲਾਕ ਵਾਲਿਆਂ ਦਾ ਵੀ, ਸੁਖਰਾ ਸੱਦਵ ਸਾਹਿਬਾ ਦਾ ਵੀ, ਔਰ ਬੜੀ ਅੱਛੀ ਗੱਲ ਹੈ ਕਿ ਪੰਜਾਬੀ ਨੂੰ ਲੈ ਕੇ ਟੁਰਨਾ, ਆਪਣਾ ਜਿਹੜਾ ਕਲਚਰ ਹੈ ਉਹਨੂੰ ਲੈ ਕੇ ਟੁਰਨਾ, ਔਰ ਤੁਸੀਂ ਜਿਹੜਾ ਐਫਰਟ ਕਰ ਰਹੇ ਹੋ ਮੈਂ ਤੁਹਾਨੂੰ ਵੀ ਮੁਬਾਰਕਬਾਦ ਦੇਣਾ ਵਾ। ਦੇਖੋ ਮੈਂ ਜਿਹੜਾ ਕਲਚਰ ਹੈ ਨਾ ਖਾਸ ਤੌਰ 'ਤੇ, ਅਗਰ ਚਾਹੇ ਮੈਂ ਜਦੋਂ ਕ੍ਰਾਈਮ ਰਿਪੋਰਟਿੰਗ ਸਟਾਰਟ ਕੀਤੀ, ਰਿਪੋਰਟਿੰਗ ਮੈਂ ਪਾਕਿਸਤਾਨ ਟਾਈਮ 91 ਤੋਂ ਕੀਤੀ, ਅਤੇ ਮੈਂ ਕ੍ਰਾਈਮ ਰਿਪੋਰਟਿੰਗ ਕੀਤੀ, ਠੀਕ ਹੈ, ਲੇਕਿਨ ਵਿਦ ਦੀ ਪੈਸੇਜ ਆਫ ਟਾਈਮ ਅਸੀਂ ਜਰਨਲਿਸਟ ਐਂਕਰਿੰਗ ਵੀ ਕੀਤੀ, ਕਾਲਮ ਨਵੀਸ ਵੀ ਹਾਂ, ਅੰਗਰੇਜ਼ੀ ਉਰਦੂ ਸਾਰਾ ਕੁਛ ਕਰਕੇ, ਮੈਂ ਇਸ ਨੁਕਤੇ ਨਜ਼ਰ 'ਤੇ ਪਹੁੰਚਿਆ ਕਿ ਪਾਕਿਸਤਾਨ ਦੇ ਅੰਦਰ ਜਿਹੜੀ ਇੱਕ ਸਖਤੀ ਆ ਗਈ ਰਹੀ ਪਿਛਲੇ ਦੌਰ 'ਚ, ਤੁਸੀਂ ਹੁਣ ਟੈਰੋਰਿਜ਼ਮ ਦਾ ਨਾਮ ਲੈ ਲਓ, ਕੋਈ ਵੀ ਚੀਜ਼ ਕਰ ਲਓ, ਅਗਰ ਤੁਸੀਂ ਉਹਨੂੰ ਖਤਮ ਕਰਨਾ ਹੈ ਨਾ ਤਾਂ ਤੁਹਾਨੂੰ ਫੋਕਸ ਕਰਨਾ ਪਏਗਾ ਆਪਣੇ ਕਲਚਰ ਦੇ ਉੱਤੇ, ਠੀਕ, ਆਪਣੇ ਫਾਈਨ ਆਰਟਸ ਦੇ ਉੱਤੇ, ਆਪਣੀ ਫਿਲਮ ਦੇ ਉੱਤੇ, ਆਪਣੇ ਡਰਾਮੇ ਦੇ ਉੱਤੇ, ਆਪਣੇ ਉਹ ਲੋਕ ਜਿਹੜੇ ਦਿਲਾਂ 'ਚ ਨਰਮੀ ਪੈਦਾ ਕਰਦੇ ਨੇ, ਠੀਕ ਹੈ, ਸੋਚ 'ਚ ਨਰਮੀ ਪੈਦਾ ਕਰਦੇ। ਅੱਛਾ, ਮੈਂ ਸਰ ਤੁਸੀਂ ਦੋਨੋਂ ਮਾਸ਼ਾਅੱਲਾ ਕਲਚਰ ਦੇ ਨਾਲ ਜੁੜੇ ਹੋ ਸਾਫਤ ਦੇ ਵਿੱਚ, ਦੋਨਾਂ ਨੂੰ ਹੀ ਸਵਾਲ ਹੈ ਮੇਰਾ ਕਿ ਕਿਆ ਅੱਜ ਸ਼ੋਬਿਜ਼ ਦੀ ਸਾਫਤ ਜਿਹੜੀ ਸਾਡੀ ਮੌਜੂਦਾ ਫਿਲਮ ਇੰਡਸਟਰੀ ਹੈ ਉਹਨੂੰ ਮੇਨ ਸਟ੍ਰੀਮ 'ਚ ਵਾਪਸ ਲਿਆਉਣ ਲਈ ਕੀ ਕੁਛ ਕਰ ਸਕਦੀ? ਦੇਖੋ ਜੀ, ਮੈਂ ਔਰ ਬਹੁਤ ਕਲੀਦੀ ਕਿਰਦਾਰ ਹੈ, ਮੈਂ ਤੁਹਾਨੂੰ ਪਹਿਲੇ ਜਿਹੜਾ ਦੱਸ ਰਿਹਾ ਸੀ ਕਿ ਕਿਉਂ ਜ਼ਰੂਰੀ ਹੈ ਕਿ ਸ਼ੋਬਿਜ਼ ਹੋਵੇ ਚਾਹੇ ਤੁਹਾਡਾ ਕਲਚਰ ਹੋਵੇ ਚਾਹੇ ਤੁਹਾਡੀ ਫਿਲਮ, ਨੂੰ ਪ੍ਰਮੋਟ ਕਰਨਾ ਕਿਉਂ ਜ਼ਰੂਰੀ ਹੈ। ਖਾਜਾ ਖਾਲਦ ਫਰੂਕ ਸਾਹਿਬ CCPL ਲਾਹੌਰ ਰਹੇ ਨੇ, ਇੱਕ ਦਿਨ ਮੈਂ ਉਹਨਾਂ ਕੋਲ ਬੈਠਾ ਸਾਂ ਅਤੇ ਉਹਨਾਂ ਨੇ ਕਿਹਾ ਜਿਹੜੀ ਕਲਚਰ ਦੇ ਹਵਾਲੇ ਨਾਲ, ਜੀ ਜੀ, ਬੜੀ ਅਹਿਮ ਗੱਲ ਇੱਕ ਦਿਨ ਉਹਨਾਂ ਨੇ ਮੈਨੂੰ ਦੱਸੀ, ਉਹਨੇ ਕਿਹਾ ਜੀ ਜਿਹੜਾ ਖੁਦਕੁਸ਼ ਬੰਬਾਰ ਬੰਬ ਬਣ ਕੇ ਆਉਂਦਾ, ਤੁਸੀਂ ਥੋੜ੍ਹੀ ਦੇਰ ਅਸੀਂ ਮੈਨੂੰ ਦੱਸੋ ਕਿ ਅਗਰ ਉੱਥੇ 80 ਚੈਨਲ ਆਉਂਦੇ ਹੋਣ ਅਤੇ ਬੰਦੇ ਦੇ ਹੱਥ 'ਚ ਰਿਮੋਟ ਹੋਵੇ ਤਾਂ ਉਹ ਚੈਨਲ ਵੇਖਦਾ, ਉਸ ਤੋਂ ਬਾਅਦ ਉਹ ਕਰੇਗਾ ਕੰਮ? ਸਹੀ। ਯਾਨੀ ਤੁਸੀਂ ਉਹ ਫੈਸਿਲਿਟੀਜ਼ ਉੱਥੇ ਪਹੁੰਚਾਓ ਕਲਚਰ ਦੀ, ਤੁਸੀਂ ਫੈਸਿਲਿਟੀਜ਼ ਪਹੁੰਚਾਓ ਉਹਨਾਂ ਇਲਾਕਿਆਂ ਜਿੱਥੇ ਸੋਚ ਨਹੀਂ ਗਈ, ਕਿਉਂਕਿ ਕਲਚਰ ਦੇ ਥਰੂ ਤੁਸੀਂ ਇਨਸਾਨਾਂ ਨੂੰ ਦੇ ਅੰਦਰ ਇੱਕ ਜਿਹੜਾ ਨਾ ਇੱਕ ਬਾਉਂਡ ਜਿਹੜਾ ਨਾ ਉਹਨੂੰ ਮਜ਼ਬੂਤ ਕਰ ਸਕਦੇ ਹੋ। ਦੂਸਰਾ, ਸਾਡੇ ਅੰਦਰ ਜਿਹੜਾ ਕਲਚਰਲ ਇਨਵੇਜ਼ਨ ਹੋਇਆ, ਇੰਡੀਅਨ ਕਲਚਰਲ ਇਨਵੇਜ਼ਨ ਹੋਇਆ, ਜਾਂ ਜਿਹੜਾ ਤੁਹਾਡਾ ਯੂਰਪੀਅਨ ਕਲਚਰਲ ਇਨਵੇਜ਼ਨ, ਸਾਡੀ ਆਪਣੀ ਸੋਸਾਇਟੀ ਦੀ ਨੋਮ ਹੈ
70s ਦੀਆਂ ਫਿਲਮਾਂ 80s ਦੀਆਂ ਫਿਲਮਾਂ ਉਸ ਵਕਤ ਦਾ ਡਰਾਮਾ ਉਸ ਵਕਤ ਦੀ ਜਿਹੜੀ ਕਲਚਰ ਤੁਸੀਂ ਵੇਖੋ ਵਹੀਦ ਮੁਰਾਦ ਦੀ ਸ਼ਕਲ 'ਚ ਮੁਹੰਮਦ ਅਲੀ ਦੀ ਸ਼ਕਲ 'ਚ ਤੁਸੀਂ ਦੇਖੋ ਟੋਪ ਸੀ ਅਸੀਂ ਇੰਡੀਆ ਦਾ ਮੁਕਾਬਲਾ ਕਰ ਰਹੇ ਸੀ ਦੁਨੀਆਂ ਦਾ ਮੁਕਾਬਲਾ ਕਰ ਰਹੇ ਸੀ ਫਿਰ ਉਸ ਤੋਂ ਬਾਅਦ ਦਾ ਵੀ ਪੀਰੀਅਡ ਇੱਕ ਬਹੁਤ ਆਇਆ ਅਸੀਂ ਮੁਕਾਬਲਾ ਕੀਤਾ ਲੇਕਿਨ ਬਦਕਿਸਮਤੀ ਨਾਲ ਬਿਲਕੁਲ ਠੀਕ ਹੈ ਕਿ ਸਾਡੀ ਹੁਣ ਇਸ ਟਾਈਮ ਇੰਡਸਟਰੀ ਬੰਦ ਹੈ ਸਾਡਾ ਉਹ ਜਿਹੜੀ ਚੀਜ਼ ਸੀ ਅੱਛਾ ਉਸ ਦੌਰ ਦਾ ਜਿਹੜਾ ਜਿਸ ਟਾਈਮ ਇੰਡਸਟਰੀ ਆਪਣੇ ਰੂਜ ਦੀ ਸੀ ਉਸ ਵਕਤ ਦਾ ਮੀਡੀਆ ਵੀ ਵੇਖ ਲਓ ਉਹ ਕਿੰਨਾ ਪੋਜ਼ਿਟਿਵ ਸੀ ਕਿੰਨਾ ਕਲਚਰਲੀ ਪ੍ਰਮੋਟ ਕਰ ਰਿਹਾ ਸੀ ਵੇਖੋ ਨਾ ਉਹਦਾ ਅਖਬਾਰ 'ਚ ਇੱਕ ਫੁੱਲ ਪੇਜ ਇੱਕ ਸਫ਼ਾ ਪੂਰਾ ਹੁੰਦਾ ਸੀ ਕਲਚਰ ਦਾ ਸਫ਼ਾ ਹੁੰਦਾ ਸੀ ਪੂਰਾ ਉਹਦੇ 'ਚ ਫਿਲਮਾਂ ਦੇ ਐਡ ਵੀ ਆਉਂਦੇ ਸਨ ਔਰ ਖ਼ਬਰਾਂ ਵੀ ਸੀ ਆਰਟਿਸਟਾਂ ਦੀਆਂ ਲੱਗਦੀਆਂ ਆਰਟਿਸਟਾਂ ਬਾਰੇ ਰਿਪੋਰਟਸ ਵੀ ਛਪਦੀਆਂ ਸਨ ਇੰਟਰਵਿਊਜ਼ ਵੀ ਆਉਂਦੇ ਸਨ ਉਹ ਗਲੈਮਰ ਥੋੜਾ ਜਿਹਾ ਘੱਟ ਨਹੀਂ ਗਿਆ ਪ੍ਰਿੰਟ ਮੀਡੀਆ 'ਚ ਵੀ ਬਿਲਕੁਲ ਇਹਦੇ 'ਚ ਵੀ ਇਲੈਕਟ੍ਰੋਨਿਕ ਇੱਕ ਰੀਜ਼ਨ ਹੋਈ ਤੁਹਾਡੀ ਫਿਲਮ ਚੂੰਕਿ ਫਿਲਮ ਇੰਡਸਟਰੀ ਨਹੀਂ ਰਹੀ ਬੁਨਿਆਦੀ ਤੌਰ 'ਤੇ ਇੱਕ ਬੜੀ ਅੱਛੀ ਰਾਸ਼ਦ ਸਾਹਿਬ ਗੱਲ ਕਰ ਗਏ ਕਿ ਕੰਮ ਪਾਉਣ ਵਾਲੇ ਲੋਕ ਜਿਹੜੇ ਜਿਹੜੇ ਤੁਹਾਡੇ ਸਟੂਡੀਓ 'ਚ ਵੜੇ ਕੰਮ ਕਰਨ ਵਾਲੇ ਨਹੀਂ ਜਿਸਲੇ ਕੰਮ ਪਾਉਣ ਵਾਲਿਆਂ ਦੀ ਤਾਦਾਦ ਆ ਗਈ ਉਹ ਯਾਨੀ ਇੱਕ ਐਸਾ ਗੁਜਰ ਬੜਿਆ ਮੈਂ ਬਿਲਕੁਲ ਖੁੱਲ੍ਹ ਕੇ ਗੱਲ ਕਰਾਂ ਇੱਕ ਐਸਾ ਗੁਜਰ ਬੜਿਆ ਕਿ ਜਿਹਨੇ ਕਿਹਾ ਮੈਂ ਰਾਈਟਰ ਵੀ ਮੈਂ ਵਾਂ ਪ੍ਰੋਡਿਊਸਰ ਵੀ ਮੈਂ ਵਾਂ ਡਾਇਰੈਕਟਰ ਵੀ ਮੈਂ ਵਾਂ ਸਿੰਗਰ ਵੀ ਮੈਂ ਵਾਂ ਅਤੇ ਹੋ ਸਕਦਾ ਹੀਰੋ ਵੀ ਮੈਂ ਵਾਂ ਅਤੇ ਉਸ ਤੋਂ ਬਾਅਦ ਫਿਰ ਜਿਹੜਾ ਕੰਮ ਕਰਨ ਵਾਲਾ ਸੀ ਉਹ ਸਟੂਡੀਓ ਤੋਂ ਬਾਹਰ ਨਿਕਲ ਗਿਆ ਇੰਡਸਟਰੀ ਕੋਲੈਪਸ ਕਰ ਗਈ ਔਰ ਉਹਦੀ ਵਜ੍ਹਾ ਦੇ ਨਾਲ ਇਹ ਹੋਇਆ ਲੇਕਿਨ ਮੈਂ ਤੁਹਾਨੂੰ ਦੱਸਾਂ ਜ਼ਹੀਰ ਸ਼ੇਖ ਸਾਹਿਬ ਦੀ ਕੁਆਲਿਟੀ ਜਿਹੜੀ ਮੈਂ ਫਿਰ ਬਾਰ ਬਾਰ ਕਹਾਂਗਾ ਤੁਹਾਨੂੰ ਤੁਸੀਂ ਮੈਨੂੰ ਗੱਲ ਕੀਤੀ ਕਿ ਮੀਡੀਆ ਦਾ ਰੋਲ ਚਾਹੇ ਹੁਣ ਚਾਹੇ ਮੈਂ ਉੱਥੇ ਨਦੀਮ ਸਲੀਮੀ ਸਾਹਿਬ ਵੀ ਇੱਕ ਸੀਨੀਅਰ ਸਾਡੇ ਇੱਥੇ ਜਰਨਲਿਸਟ ਇਸ ਤੋਂ ਬਾਅਦ ਜ਼ਰੂਰ ਆਉਣਗੇ ਸਾਡਾ ਜਿਹੜਾ ਇਹ ਵੀ ਬੜੇ ਪੋਜ਼ਿਟਿਵ ਮਾਇੰਡਡ ਨੇ ਅਸੀਂ ਇਸ ਕਲਚਰ ਨੂੰ ਪ੍ਰਮੋਟ ਕਰਨੇ ਆ ਆਪਣੇ ਅਸੀਂ ਉਹਨਾਂ ਲੋਕਾਂ 'ਚ ਉਹਨਾਂ ਸਾਫੀਆਂ 'ਚੋਂ ਕਿ ਅਸੀਂ ਨੈਗੇਟਿਵ ਜਰਨਲਿਜ਼ਮ ਨੂੰ ਪਸੰਦ ਨਹੀਂ ਕਰਦੇ ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਵਕਤ ਇਸ ਟਾਈਮ ਹੈ ਵੇ ਕਿ ਦੇਖੋ ਜੀ ਜਿਹੜੇ ਚੈਨਲ ਚੱਲਦੇ ਨਾ ਬਦਕਿਸਮਤੀ ਨਾਲ ਮੈਂ ਅੱਜ ਖੁੱਲ੍ਹ ਕੇ ਗੱਲ ਕਰਾਂਗਾ ਅਸੀਂ ਆਪਣੇ ਅੰਦਰ ਵੀ ਅਸੀਂ ਡਿਬੇਟ ਸ਼ੁਰੂ ਕੀਤੀ ਹੈ ਕਿ ਯਾਰ ਅਗਰ ਮੈਂ 24 ਆਵਰ ਅਗਰ ਮੈਂ ਆਪਣਾ ਮੀਡੀਆ ਹੋਈ ਦੇਖ ਰਿਹਾ ਜਿੱਥੇ ਹਰ ਸ਼ੋਭੇ 'ਚ ਮਨਫੀਅਤ ਨਜ਼ਰ ਆ ਰਿਹਾ ਅਸੀਂ ਆਪਣੇ ਆਪ ਨੂੰ ਕ੍ਰਿਟੀਸਾਈਜ਼ ਕਰੀ ਜਾ ਰਹੇ ਹਾਂ ਅਤੇ ਅਸੀਂ ਸੁਸਾਇਟੀ ਨੂੰ ਕੀ ਦੇ ਰਹੇ ਹਾਂ ਸਾਨੂੰ ਥੋੜ੍ਹਾ ਬੀਂਗ ਜਰਨਲਿਸਟ ਥੋੜ੍ਹਾ ਪੋਜ਼ਿਟਿਵ ਹੋਣਾ ਪਏਗਾ ਇੱਥੇ ਵੱਡੇ ਵੱਡੇ ਲੋਕ ਨੇ ਇੱਥੇ ਹਰ ਤਰ੍ਹਾਂ ਦਾ ਜ਼ਿਹਨ ਮੌਜੂਦ ਹੈ ਤੁਸੀਂ ਇਹਨਾਂ ਨੂੰ ਦੱਸੋ ਕਿ ਯਾਰ ਇਹ ਸਾਡੇ ਲੋਕ ਨੇ ਸੁਸਾਇਟੀ ਨੂੰ ਅੱਗੇ ਲੈ ਕੇ ਚੱਲ ਸਕਦੇ ਨੇ ਇਸ ਲਈ ਤੁਸੀਂ ਮੇਰੇ ਪ੍ਰੋਗਰਾਮ ਤੁਸੀਂ ਅਗਰ ਦੇਖੋ ਜਿਹੜਾ ਮੈਂ ਸ਼ੁਰੂ ਕੀਤਾ ਸੀ ਔਰ ਇਹਨਾਂ ਨਾਲ ਮੇਰੀ ਬੜੀ ਡਿਬੇਟ ਰਹਿੰਦੀ ਹੈ ਜ਼ਹੀਰ ਸ਼ੇਖ ਸਾਹਿਬ ਮੈਂ ਲਿਖਿਆ ਆਪਣੇ ਲੋਕ ਠੀਕ ਹੈ ਮੈਂ ਕਹਿੰਦਾ ਕਿ ਸਾਨੂੰ ਕੋਈ ਲੋੜ ਨਹੀਂ ਕਿਸੇ ਗੋਰੇ ਦੀ ਯੂਰਪ ਦੀ ਸਾਨੂੰ ਕੋਈ ਥਿੰਕਿੰਗ ਦੀ ਜਾਂ ਸਾਨੂੰ ਕੋਈ ਇੰਡੀਅਨ ਆ ਕੇ ਦੱਸੇ ਪਾਕਿਸਤਾਨ ਵਿੱਚ ਸਾਰੇ ਕਾਬਿਲ ਲੋਕ ਨੇ ਅਸੀਂ ਇਹਨਾਂ ਨੂੰ ਦੱਸਣਾ ਕਿ ਸਾਡੇ ਲੋਕ ਨੇ ਕਾਬਿਲ ਲੋਕ ਨੇ ਅਸੀਂ ਇਹਨਾਂ ਨੂੰ ਪ੍ਰਮੋਟ ਕਰਨਾ ਉਹਦੇ ਵਾਸਤੇ ਇੱਕ ਸਾਫੀ ਦਾ ਕਲਮ ਅਤੇ ਇੱਕ ਕੈਮਰਾ ਬੜਾ ਜ਼ਰੂਰੀ ਹੈ ਜਿਹੜੀ ਗੱਲ ਤੁਸੀਂ ਪਿੰਨ ਪੁਆਇੰਟ ਜੀ ਬਿਲਕੁਲ ਠੀਕ ਇਹ ਵੀ ਹੁਣ PNN ਚ ਇਹਨਾਂ ਦੀ ਸਾਰੀਆਂ ਰਿਪੋਰਟ ਥਰੂ ਆਊਟ ਮੈਂ ਵੀ ਵੇਖੀਆਂ ਨੇ ਤੁਸੀਂ ਵੀ ਵੇਖ ਲਓ ਸਾਰੀਆਂ ਜਿਹੜੀ ਹੁਣ ਤੱਕ ਬਣਾਈਆਂ ਇਸ ਤੋਂ ਪਹਿਲੇ ਇਹਨਾਂ ਦੇ ਕਲਚਰ ਵੇਖ ਲਓ ਇਹ ਕਲਚਰ ਦੀ ਪ੍ਰਮੋਸ਼ਨ ਵਿੱਚ ਤੁਹਾਨੂੰ ਨਜ਼ਰ ਆਉਣਗੇ ਠੀਕ ਇਹ ਡੈਮੇਜ ਕਰਦੇ ਤੁਹਾਨੂੰ ਕਿਤੇ ਆਪਣੇ ਕਲਮ ਨਾਲ ਨਜ਼ਰ ਨਹੀਂ ਆਉਣਗੇ ਦੇਖੋ ਮੈਂ ਨਾ ਸਮਝਣਾ ਕਿ ਸਹਾਫ਼ੀ ਜਿਹੜਾ ਹੁੰਦਾ ਨਾ ਉਹਨੇ ਆਪਣੇ ਵਿਜ਼ਨ ਦੇ ਨਾਲ ਲੋਕਾਂ ਨੂੰ ਬਹੁਤ ਕੁਝ ਦੱਸਣਾ ਹੁੰਦਾ ਉਹਨਾਂ ਨੂੰ ਕਲੈਰਿਟੀ ਦੇਣੀ ਹੁੰਦੀ ਹੈ ਕਿ ਹੋ ਕੀ ਰਿਹਾ ਸਾਡੇ 'ਚ ਅਤੇ ਮੈਂ ਅਕਸਰ ਇਹ ਕਹਿੰਦਾ ਕਿ ਜਦੋਂ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਨਾ ਇੱਕ ਕੰਮ ਦੀ ਜ਼ਰੂਰਤ ਹੁੰਦੀ ਹੈ ਜਿਹੜੀ ਤੁਹਾਡੇ 'ਤੇ ਆ ਗਈ ਹੈ ਉਹ ਕਰਨਾ ਹੀ ਕਰਨਾ ਉਹ ਤਾਂ ਪੋਜ਼ਿਟਿਵਿਟੀ ਤੋਂ ਤੁਸੀਂ ਨੈਗੇਟਿਵ ਹੋ ਜਾਂਦੇ ਹੋ ਲੇਕਿਨ ਬਿਲਾ ਵਜ੍ਹਾ ਤੁਹਾਨੂੰ ਨੈਗੇਟਿਵ ਹੋਣ ਦੀ ਜ਼ਰੂਰਤ ਨਹੀਂ ਹੁੰਦੀ ਹੁਣ ਮੇਰਾ ਖਿਆਲ ਹੈ ਕਿ ਬਿਲਾ ਵਜ੍ਹਾ ਨੈਗੇਟਿਵ ਹੋਣਾ ਵੀ ਨਹੀਂ ਚਾਹੀਦਾ ਜਿੱਥੋਂ ਤੱਕ ਤੁਹਾਡੀ ਫਿਲਮ ਇੰਡਸਟਰੀ ਦਾ ਤਾਲੁਕ ਹੈ ਤੁਸੀਂ ਕੁਐਸਚਨ ਕੀਤਾ ਸੀ ਮੈਂ ਸਮਝਦਾ ਕਿ ਜਿੰਨਾ ਸੁਨਹਿਰਾ ਦੌਰ ਅਸੀਂ ਆਪਣੀ ਫਿਲਮ ਇੰਡਸਟਰੀ ਦਾ ਦੇਖਿਆ ਨਾ ਮਾਜ਼ੀ 'ਚ ਠੀਕ ਹੈ ਨਾ ਸ਼ਾਇਦ ਹੁਣ ਦੇ ਲੋਕਾਂ ਨੇ ਨਹੀਂ ਦੇਖਿਆ ਲਾਸਟਲੀ ਸਭ ਤੋਂ ਅੱਛਾ ਦੌਰ ਸੀ 60 ਅਤੇ 70 ਦੀ ਦਹਾਈ ਠੀਕ ਹੈ ਉਹਦੇ ਬਾਅਦ 90 ਚ ਵੀ 80 ਚ ਵੀ ਤੁਸੀਂ ਕਹਿ ਸਕਦੇ ਹੋ ਕਿ ਕਾਮੇਡੀ ਟੱਚ ਜਿਹੜਾ ਸੀ ਨਾ ਅਲੀ ਜਾਜ ਨੰਨਾ ਮਨੋਬ ਨੰਨਾ ਔਰ ਰੰਗੀਲਾ ਉਹਨਾਂ ਨੇ ਬੜਾ ਅੱਛਾ ਰੱਖਿਆ ਇਹਨੂੰ ਫਿਰ ਲਾਸਟ ਅਗਰ ਅਸੀਂ ਦੇਖੀਏ ਨਾ ਅਗਰ ਸੁਨਹਿਰੀ ਦੌਰ ਉਹ 90 ਦਾ ਦੌਰ ਸੀ ਜਦੋਂ ਸਾਡੇ ਕੋਲ ਨਾ ਬਹੁਤ ਸਾਰੇ ਸੁਪਰ ਸਟਾਰ ਆਏ ਜਿਸਨੇ ਸ਼ਾਨ ਮੁਹੰਮਦ ਰਾਣਾ ਰੀਮਾ ਰੇਸ਼ਮ ਮੀਰਾ ਠੀਕ ਹੈ ਬਾਬਰ ਅਲੀ ਉਸ ਤੋਂ ਬਾਅਦ ਅਗਰ ਅਸੀਂ ਦੇਖੀਏ ਤਾਂ ਕੁਛ ਨਹੀਂ ਲਿਹਾਜ਼ਾ ਇਹਦੇ 'ਚ ਬੜੇ ਅਪਸ ਐਂਡ ਡਾਊਨ ਆਏ ਨੇ ਅਤੇ ਹੁਣ ਸ਼ੋਭੀ ਸਹਾਫ਼ੀ ਸਹਾਫ਼ਤ ਜਿਹੜੀ ਹੈ ਨਾ ਮੈਂ ਸਮਝਦਾ ਕਿ ਸਹਾਫ਼ਤ ਕਦੀ ਖਤਮ ਨਹੀਂ ਹੋ ਸਕਦੀ ਠੀਕ ਹੈ ਨਾ ਹੀ ਇੰਡਸਟਰੀ ਖਤਮ ਹੋ ਸਕਦੀ ਹੈ ਬਹੁਤ ਸ਼ੁਕਰੀਆ ਅਹਿਸਨ ਜਾ ਸਾਹਿਬ ਬੜੀ ਮਿਹਰਬਾਨੀ ਤੁਸੀਂ ਬਹੁਤ ਸੋਹਣੀ ਗੱਲਾਂ ਬਾਤਾਂ ਕੀਤੀਆਂ ਨੇ ਔਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ ਸ਼ੇਖ ਸਾਹਿਬ ਹੋਰਾਂ ਬਾਰੇ ਸਾਡੇ ਨਾਲ ਕੁੱਲ ਹੋਰ ਵੀ ਮਿੱਤਰ ਨੇ ਬੜੇ ਸੀਨੀਅਰ ਜਰਨਲਿਸਟ ਨੇ ਸ਼ੋਬਿਜ਼ ਦੇ ਨਦੀਮ ਸਲੀਮੀ ਸਾਹਿਬ ਤਸ਼ਰੀਫ ਰੱਖਦੇ ਨੇ ਅਸੀਂ ਉਹਨਾਂ ਨੂੰ ਵੀ ਦਾਅਵਤ ਦਿੰਦੇ ਹਾਂ ਕਿ ਉਹ ਆਉਣ ਔਰ ਆ ਕੇ ਗੱਲਬਾਤ ਕਰਨ ਨਦੀਮ ਸਾਹਿਬ ਜੀ ਆਇਆਂ ਨੂੰ ਸਰ ਔਰ ਧੰਨ ਭਾਗ ਜੀ ਤੁਸੀਂ ਤਸ਼ਰੀਫ ਲਿਆਏ ਹੋ ਔਰ ਬੜਾ ਅੱਛਾ ਲੱਗਾ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਕਿ ਸ਼ੇਖ ਸਾਹਿਬ ਬਾਰੇ ਕਿ ਸ਼ੇਖ ਸਾਹਿਬ ਸ਼ੋਬਿਜ਼ 'ਚ ਹੁਣ ਤੱਕ ਜਿੰਨਾ ਇਹਨਾਂ ਨੇ ਕੰਮ ਕੀਤਾ ਹੈ
क्या ये अपना इन्होंने जरा टारगेट सी ये उधर तक पहुंच गए ने या हजे मजीद कोशिश करेंगे? सरकार साहब गल है कि मैनू आज दे जर्नलिस्ट दे नाल बड़ा जरा शो बिजनेस जर्नलिस्ट है उधर से मेरा बड़ा किला है। अच्छा जी। वो मेहनत करनी छट गए ने और एक यूनिकोड एक है जरा कंप्यूटर का दौर है और उन्होंने यूनिकोड मतलब कर देने और ऊपर अपना नाम दिता और अगले दिन छप जाता है। जी शेख साहब का एक खूबी है वह हैगी कि यूनिकोड का जर्नलिस्ट नहीं है। ठीक है। अच्छा लिखता है, बुरा लिखता है, दरमियाना लिखता है, बहुत अच्छा लिखता है, जो भी करता है ये अपनी मतलब अपनी सोच और अपने जो विचार ने उन्होंने कागज़ उत्ते बखेरता है, ना कि किसी दे नूं लिया के उस उत्ते यूनिकोड करके उपर जीर शेख नाम दे देना। दूसरा है कि ये बच्चा जैसे मेरा तारुफ होया तो वो रोज़ामा औसाफ तो ये अलजरीदा सी शन तो मैं औसाफ च सी। इन्होंने मेरे बड़ा तलख जहा एक वाकया गुजरिया उस तो बाद मेरी इन्हें नाराजगी रही। अच्छा। ये आए औसाफ से मतलब मैं उस इंचार्ज हाँ शोबिज़ डेस्क का तो इन्होंने मेरी बोलचाल बिल्कुल बंद सी लेकिन इन्होंने मैं प्रॉपर जिस तरह भी मतलब साफ सी बदजानती नहीं की जिस तरह भी जो होने से पूरा मतलब वो किया। उस तो बाद थोड़ा जहा वक्त मजीद गुजरिया मजीद करीब होए और अगर मैं अज कह कि ए बच्चा जरा है ये मेरे मेरी ताकत है मैं खैर बुरा मैं कोई बेजा नहीं होगा कि यह बंद ने मैं फाइनैंशली भी बहुत सारी जगह उत्ते सपोर्ट किया है मॉरली भी सपोर्ट किया है और ये कुछ सियासी इखलाफात ऐसा सा बैठे ने इन्होंने मेरे को सियासी इखलाफात ने साड़ी सहाफती मतलब प्रेस क्लब की सहाफत लेकिन इसके बावजूद मतलब प्यार ना उन्होंने मुक्या ना इन्होंने मुक्या प्यार अपनी जगह से मैंने खुशी इस गल की है कि जैसे जैसे आगाज़ किया ना खाकान साहब उसने सी कलम का दौर बिल्कुल ठीक है मतलब उंगलियाँ दब जाए सन मतलब मैं बाज़ औक़ात कहना ना कि मेरा ख्याल मेरा वजन तो बहुत कोई चार गुना ज़्यादा स्लिपा होनगियाँ जी असी अपने हथा लिखिया ने मतलब असी वो काम किया है और हाथ का सारा मैनुअल मतलब है सी काम सी सारा और असी तीन दिन का प्रोसेस होंदा सी मतलब एक शोबे एक मतलब किसी भी एडिशन का आना मतलब उन्हों तीन दिन के प्रोसेस अज अद्धे घंटे बैठ के टक 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 किया वो एडिशन मतलब मार्केट तैयार हो जाता तो इस जीर शेख साहब जी मैं खुशी सब तो बड़ी गल है कि सैल्फ मेड है इन्हें कभी मतलब नहीं कभी मैं मेरे तालुक इन्हों वास्ते लेकिन कभी इसने इनफॉर्मेशन तक भी नहीं ली इन्ना इनफॉर्म्ड वैल इनफॉर्म्ड मतलब जर्नलिस्ट है कि इन्हें कभी पूछा भी नहीं कि जहाँ फलां मतलब गल से फलां तुम्हें याद होगा क्योंकि बहुत बहुत सारे लोग सन फोन करके पूछते हैं कि जनाब दसो फलाना वाक्य किस लिए होया उस वेले मौजूद सा जी कि लेकिन इस बंदे ने कभी नहीं पूछा इसका मतलब कि ये पढ़ता भी है मतलब सिर्फ लिखता ही नहीं ये पढ़ता भी और जरा जरा अखबार में पढ़ता है उन मेरा ख्याल है कि कोई दिक्कत नहीं पेश आती। बिल्कुल। इस बरखुरदार ने जिस तेजी से तरक्की की है और असि उन रस्ते मैं ऐसा सर जल्द आ रहा रस्ते मैं कह रहा सी कि अगर ये छः महीने मजीद मतलब इस इलेक्ट्रॉनिक मीडिया से कढ़ देते तो ये एक स्टार होएगा साफ होता स्टार जी। साढ़े नाल होर भी मेहमान ने अज जे शेख जाहिद साहब उन्होंने बारे अपने विचार साढ़े नाल करेंगे सांझे जी। नदीम सलीमी साहब साढ़े नाल सन और बहुत ही खूबसूरत गुफ्तगू की उन्होंने जाहिद शेख साहब होर बारे च और हुण साढ़े नाल बहुत ही खूबसूरत गुलूकारा ने आसमान लता और बहुत सारिया फिल्मों च उन्होंने गीत जड़े ने आ चुके ने बहुत सारे उन्होंने एल्बम भी उन्होंने रिलीज हो चुके ने। जाहिद शेख साहब नाल उन्हों का एक खास है वे शोबिज के हवाले नाल ताल्लुक भी जी। आसमा जी जी आयां नूं तुहानूं असीं लोग पिलाक लोक स्टूडियो जी आयां नूं आखने आ जी। बहुत बहुत शुक्रिया। सलाम अर्ज करदे हो सब नूं नवा साल दी मुबारकबाद देनी आ जी। बहुत शुक्रिया और शुक्रगुजार हां तुहाडी कि तुसीं मैनूं इस इदारे पलाक इदारे च जिहड़ा मैनूं इनवाइट कीता है और खास तौर से जाहिर साहब क्योंकि हमेशा ही कमाल करदे ने। सही। ते कि तुसीं बतौर साफी और बतौर इंसान इन्हां नूं कैसा पाया कि एक्चुअली ही इज माई बेस्ट बडी। बहुत अच्छे इंसान है।
बहुत प्यारे इंसान है। मुंह पे कहना तो अच्छा सॉरी मैं पंजाबी गल कर मुंह ते कहना तो इस तरह होंदा है ना कि जिवें पता नहीं कोई बंदा इखलाकन बोल रहा है या कोई किसी का कोई कर्ज एहसान होते तो बोल रहा है। लेकिन मैं बहुत सा मैनू शुरू तो लोग जानते ने खास तौर पर मेरे मीडिया मेरी सहाफी दोस्त जितने भी ने सारे पूरे पाकिस्तान के चार सूबे च उन्होंने पता मैं झूठ नहीं अल्लाह की मेहरबानी ना नहीं बोलती बहुत कोशिश करनी कि ना बोलिया जाए। और जितने भी सहाफी दोस्त ने सारे मैं उन्होंने बहुत लव करनी हाँ इन्हों दे इनकलूडिंग ही और इन्हों भी उस तरह ही तो सब बहुत अच्छे ने। लेकिन जहीर साहब का म्यार जरा मेरे नाल दूसरे दोस्त ना नाराज होने क्योंकि उन्होंने भी बड़े साथ ने मेरे नाल और बहुत प्यार करते ने जहीर साहब भी उन्होंने नाल ने और बहुत अच्छे इंसान ने। तुसी फिर इन्हां लई कोई सह गाने दी एक अस्थाई गुनगुना के सुना मैं अच्छा चलो सही है सच्ची गल में थोड़े से कह रही हैं शेख साहब साबर साहब शुक्रिया म्यूजिक डायरेक्टर और शायर साडे साजिद अली साहब दी तरफों मैं मिक्स होके कह रही हूँ और खाकान साहब दी तरफों भी नदीम साहब और दो सारे से बैठे ने स्टूडियो विच और आवाम दी मोहब्बत दे नाल शेख साहब से कह रही हूँ जहीर शेख साहब से सच्ची गल में आखा सजना वे तो दूर ना मैं थो जा नेड़े दी साहब और साजिद साहब कहते हैं मेरे समेत मिलके जहीर शेख साहब को चंगा जा लगना है ओ चंगा जा लगना है यार वीरो अखियां दे नेड़े ओ रो अखियां दे नेड़े कर बैठिया तेनू प्यार वीरो अखियां दे नेड़े ओ बहुत शुक्रिया हुण ते तुहाडे कोलों साडा कोई सवाल बनदा ही नहीं तुसीं वेखो शायर ने कैसा लिखा साजिद साहब ने बहुत अच्छा लिखा मेरे वास्ते लिखा लगता है हां तुहाडे से लिखा देखो दोस्तां यार यारां दे यार हुंदे ने है ना जी ते अगर उन्होंने मेरे से लिखा इन्हां ने मेरे से बनाया ते मैं तुहाडे से गाया असि तीनों मिलके तुहाडे नु मोहब्बत दे पब्लिक नु ते नहीं गाना सुनाना ना नहीं नहीं सारी दुनिया नु सुनाना है तुसीं कहे चंगा जो लगना है यार वे रोखियां दे नेड़े याद मेरे नाम ही ला देन फिर है नहीं जी सब नु अच्छी चीज सब तक पहुंचनी चाहिए असि जी सारेयां दे हां हुण पिलाक दे डायरेक्टर जनरल डॉक्टर सुखरा सदफ साढ़े नाल ने और किसी तारफ की मोहताज नहीं कि मैं उन्होंने तारुफ बहुत हैवी कराव लेकिन तारफ ही कि आप अपना तारुफ हवा बहार की है उस तो वध दी गल हैगी है तो जहीर शेख साहब नाल गलबात हो रही है डॉक्टर साहब इन्हों बारे तुसी अपने विचार साढ़े नाल सांझे करो कि जहीर शेख साहब तुसी बतौर सहाफी बतौर इंसान कैसा पाया जी जी बहुत शुक्रिया मैं जो पिलाक आई हाँ ते मेरी फिर कल्चरल जितने भी रिपोर्टर ने नुमाइंदे ने और कल्चर दी बीट करने वाले लोगों नाल मेरा तारुफ होया और मैं इन्हों देखिया
ਔਰ ਜਿਸ ਤਰ੍ਹਾਂ ਇਹਨਾਂ ਸਾਰਿਆਂ ਲੋਕਾਂ ਨੇ ਪਿਲਾਕ ਨੂੰ ਇੱਕ ਚੁੱਕਣ 'ਚ ਔਰ ਉੱਚਾ ਕਰਨ 'ਚ ਪੂਰੀ ਦੁਨੀਆਂ 'ਚ ਕਿਰਦਾਰ ਅਦਾ ਕੀਤਾ ਹੈ। ਮੈਂ ਸਮਝਦੀ ਹਾਂ ਕਿ ਅੱਜ ਪਿਲਾਕ ਨੂੰ ਅਗਰ ਪੂਰੀ ਦੁਨੀਆਂ 'ਚ ਲੋਕ ਜਾਣਦੇ ਨੇ ਤਾਂ ਉਹ ਇਹਨਾਂ ਕਲਚਰਲ ਨੁਮਾਇੰਦਿਆਂ ਦੀ ਵਜ੍ਹਾ ਤੋਂ ਨੇ ਜਿਨ੍ਹਾਂ ਨੇ ਆਪਣੀਆਂ ਅਖਬਾਰਾਂ 'ਚ ਖਬਰਾਂ ਲਾਈਆਂ ਔਰ ਤਬਸਰੇ ਕੀਤੇ ਔਰ ਹਮੇਸ਼ਾ ਪੋਜ਼ੀਟਿਵ ਤਬਸਰੇ ਕੀਤੇ ਔਰ ਟੀ ਵੀ 'ਚ ਰਿਪੋਰਟ ਲਾਈ। ਅਸਲ 'ਚ ਇਹ ਗੱਲ ਹੈ ਕਿ ਸਾਡੀ ਜਦੋਂ ਆਪਸ 'ਚ ਮੁਲਾਕਾਤ ਹੋਈ ਤਾਂ ਗੱਲ ਅਸੀਂ ਕੀਤੀ ਕਿ ਅਸੀਂ ਸਾਰੇ ਪੰਜਾਬ ਧਰਤੀ ਦੇ ਰਹਿਣ ਵਾਲੇ ਹਾਂ ਔਰ ਸਾਡਾ ਸਭ ਦਾ ਫਰਜ਼ ਹੈ ਕਿ ਅਸੀਂ ਇੱਥੇ ਦੇ ਕਲਚਰ ਨੂੰ, ਇੱਥੇ ਦੀ ਜ਼ਬਾਨ ਨੂੰ ਔਰ ਇੱਥੇ ਦਾ ਜਿਹੜਾ ਆਰਟ ਹੈ ਉਹਦੀ ਨੁਮਾਇੰਦਗੀ ਲਈ ਕੰਮ ਕਰੀਏ। ਅਤੇ ਜ਼ਹੀਰ ਸ਼ੇਖ ਵੀ ਉਹਨਾਂ ਲੋਕਾਂ 'ਚ ਸ਼ਾਮਿਲ ਨੇ ਕਿ ਜਿਨ੍ਹਾਂ ਨਾਲ ਮੇਰੀ ਇਬਤਦਾ 'ਚ ਹੀ ਮੁਲਾਕਾਤ ਹੋਈ ਔਰ ਫਿਰ ਅਕਸਰ ਇਹਨਾਂ ਦਾ ਜਿਹੜਾ ਇੱਕ ਗਰੁੱਪ ਹੈ ਪੂਰਾ ਉਹਨਾਂ ਦੀ ਮੀਟਿੰਗਸ ਪਿਲਾਕ ਹੁੰਦੀਆਂ ਰਹਿੰਦੀਆਂ ਸਣੇ ਆਉਂਦੇ ਰਹਿੰਦੇ ਨੇ ਅਤੇ ਫਿਰ ਇੱਕ ਇਸ ਤਰ੍ਹਾਂ ਤਾਲੁਕ ਬਣ ਗਿਆ ਜਿਸ ਤਰ੍ਹਾਂ ਕਿ ਫੈਮਿਲੀ ਦਾ ਫਰਦ ਹੁੰਦਾ ਬੰਦਾ ਔਰ ਇਹ ਸਾਰੇ ਜਿਤਨੇ ਵੀ ਕਲਚਰਲ ਨੁਮਾਇੰਦੇ ਨੇ ਹਾਲਾਂਕਿ ਉਹ ਐਡੇ ਨਿੱਕੇ ਨਹੀਂ ਹੈ, ਇਹਨਾਂ ਦੀਆਂ ਵੀ ਚੰਗੀਆਂ ਭਲੀਆਂ ਉਮਰਾਂ ਨੇ ਅਤੇ ਬਟ ਦੇ ਆਰ ਜਸਟ ਲਾਈਕ ਮੈਂ ਕੀ ਕਹਾਂ, ਬੱਚਿਆਂ ਔਰ ਵੀ ਨੇ ਔਰ ਛੋਟਿਆਂ ਭਾਈਆਂ ਔਰ ਵੀ ਨੇ ਅਤੇ ਜ਼ਹੀਰ ਸ਼ੇਖ ਬਹੁਤ ਇੱਕ ਖੂਬਸੂਰਤ ਇਨਸਾਨ ਹੈ ਔਰ ਮੈਨੂੰ ਕਈ ਗੱਲਾਂ ਇਸ ਸਵਾਲ ਨਾਲ ਯਾਦ ਨੇ। ਇਹਨਾਂ ਦੇ ਇਲੈਕਸ਼ਨ ਜਦੋਂ ਹੁੰਦੇ ਨੇ ਇੱਕ ਕਈ ਕਲਚਰਲ ਬਾਡੀਜ਼ ਦੇ ਰੁਕਨ ਨੇ ਅਤੇ ਮੈਂ ਦੇਖਿਆ ਕਿ ਹਮੇਸ਼ਾ ਇਹ ਪੋਜ਼ੀਟਿਵ ਕਿਰਦਾਰ ਅਦਾ ਕਰਦੇ ਨੇ। ਕਈ ਵਾਰੀ ਕੋਈ ਐਸੀ ਗੱਲ ਵੀ ਹੋਈ ਤਾਂ ਮੈਂ ਜ਼ਹੀਰ ਨੂੰ ਕਿਹਾ ਗੱਲ ਨਹੀਂ ਕਰਨੀ ਨਾ ਕਿ ਠੀਕ ਆਪਾਂ ਨਹੀਂ ਕਰਨੀ। ਇਹ ਵੀ ਬੜਾ ਮੈਨੂੰ ਮਾਣ ਹੈ ਕਿ ਮੈਂ ਜਦੋਂ ਕਦੇ ਇਹਨਾਂ ਨੂੰ ਕੋਈ ਕੰਮ ਕਹਾਂ ਕਿ ਇਹ ਕੰਮ ਨਹੀਂ ਕਰਨਾ ਔਰ ਇੱਕ ਵੱਡੇ ਹੋਣ ਦੇ ਹਵਾਲੇ ਨਾਲ, ਇੱਕ ਸੂਫੀਜ਼ਮ ਦੇ ਰਾਹ 'ਤੇ ਟੁਰਨ ਦੇ ਹਵਾਲੇ ਨਾਲ ਮੈਂ ਇਹਨਾਂ ਨੂੰ ਕੋਈ ਗੱਲ ਕਹਾਂ ਖੈਰ ਦੀ ਅਤੇ ਮੇਰੀ ਗੱਲ ਮੰਨਦੇ ਨੇ ਤਾਂ ਮੈਨੂੰ ਅੱਛਾ ਲੱਗਦਾ। ਅਤੇ ਜ਼ਹੀਰ ਸ਼ੇਖ ਮੈਂ ਸਮਝਦੀ ਹਾਂ ਕਿ ਇੱਕ ਸੀਨੀਅਰ ਜਰਨਲਿਸਟ ਨੇ ਔਰ ਇਹਨਾਂ ਨੇ ਬੜਾ ਕੰਮ ਕੀਤਾ ਅਖਬਾਰ ਲਈ, ਟੀ ਵੀ ਲਈ। ਹੁਣ ਮਾਸ਼ਾਅੱਲਾ ਇੱਕ ਨਵਾਂ ਟੀ ਵੀ ਖੁੱਲ੍ਹਿਆ, ਉਹਦੇ ਵਿੱਚ ਆਏ ਨੇ, ਉਹਦੀ ਵੀ ਪਿੱਛੇ ਜੇ ਉਹਦਾ ਅਸ਼ਤਤਾ ਹੋਇਆ ਅਤੇ ਮੈਨੂੰ ਉਮੀਦ ਹੈ ਕਿ ਉਹਦੇ ਲਈ ਵੀ ਕੰਮ ਕਰਨਗੇ ਅਤੇ ਇਹਨਾਂ ਦੇ ਨਵੇਂ ਰੁੱਖ ਜਿਹੜੇ ਨੇ ਸਾਡੇ ਸਾਹਮਣੇ ਆਉਣਗੇ। ਬਿਲਕੁਲ ਬਿਲਕੁਲ, ਬਹੁਤ ਸ਼ੁਕਰੀਆ ਡਾਕਟਰ ਸਾਹਿਬਾ, ਔਰ ਤੁਸੀਂ ਬਹੁਤ ਸੋਹਣੇ ਵਿਚਾਰ ਸਾਂਝੇ ਕੀਤੇ ਨੇ। ਹੁਣ ਮੈਂ ਦਾਵਤ ਦਿਆਂਗਾ ਸਾਬਰ ਅਲੀ ਸਾਹਿਬ ਨੂੰ, ਮੌਸੀਕਾਰ ਨੇ, ਬਹੁਤ ਹੀ ਖੂਬਸੂਰਤ ਗੁਣੀ ਇਨਸਾਨ ਨੇ। ਸਾਬਰ ਅਲੀ ਸਾਹਿਬ ਜੀ ਆਇਆਂ ਨੂੰ ਜੀ। ਜੀ ਤੁਹਾਨੂੰ ਸਤ ਬਿਸਮਿਲ੍ਲਾ, ਤੁਹਾਨੂੰ ਸੌ ਵਾਰੀ ਜੀ ਆਇਆਂ ਨੂੰ, ਬਹੁਤ ਖੁਸ਼ੀ ਹੋਈ ਹੈ ਜਨਾਬ, ਬੜਾ ਅੱਛਾ ਲੱਗਿਆ। ਕਾਫੀ ਦਿਨਾਂ ਬਾਅਦ ਤੁਹਾਨੂੰ ਅਸੀਂ ਵੇਖ ਰਹੇ ਹਾਂ ਔਰ ਸਾਡੇ ਤੁਸੀਂ ਅੱਜ ਪਿਲਾਕ ਲੋਕ ਸਟੂਡੀਓ 'ਚ ਤਸ਼ਰੀਫ ਲਿਆਏ ਹੋ। ਜ਼ਹੀਰ ਸ਼ੇਖ ਸਾਹਿਬ ਦੇ ਬਾਰੇ 'ਚ ਤੁਹਾਨੂੰ ਗੁਫ਼ਤਗੂ ਕਰਨ ਲਈ ਅਸੀਂ ਬੁਲਾਇਆ ਜੀ ਅੱਜ। ਜੀ ਜ਼ਹੀਰ ਸ਼ੇਖ ਸਾਹਿਬ, ਦੇਖੋ ਇਹਨਾਂ ਨੇ ਸਾਡੇ ਵਾਸਤੇ ਇੰਨਾ ਕੁਛ ਕੀਤਾ। ਮੈਂ ਅਸਮਾ ਜੀ ਹੁਣੇ ਗਏ ਨੇ, ਉਹ ਇਹਨਾਂ ਦੇ ਬਾਰੇ ਦੇ ਵਿੱਚ ਇੰਨਾ ਕੁਝ ਮੈਨੂੰ ਤਾਰਫ ਕਰਾ ਰਹੇ ਸਨ ਕਿ ਬਹੁਤ ਪਿਆਰਾ ਇਨਸਾਨ, ਬਹੁਤ ਪਿਆਰਾ ਦੋਸਤ ਔਰ ਖਾਸ ਕਰਕੇ ਸਾਡੇ ਲੋਕਾਂ ਆਰਟਿਸਟਾਂ ਵਾਸਤੇ ਬੜੀ ਹੀ ਜਦੋਜਹਿਦ ਕੀਤੀ। ਜ਼ਹੀਰ ਭਾਈ ਦਾ ਮੈਂ ਸ਼ੁਕਰੀਆ ਅਦਾ ਕਰਾਂਗਾ ਕਿ ਤੁਸੀਂ ਸਾਡੇ ਵਾਸਤੇ ਇੰਨਾ ਕੁਛ ਕੀਤਾ। ਅਤੇ ਸਭ ਖਾਨ ਸਾਹਿਬ, ਤੁਹਾਡੀ ਵੀ ਬੜੀ ਮਿਹਰਬਾਨੀ ਕਿ ਤੁਸੀਂ ਮੈਨੂੰ ਆਪਣੇ ਇਸ ਇਖਲਾਕ ਪ੍ਰੋਗਰਾਮ 'ਚ। ਤੁਸੀਂ ਸਰ ਸਾਡਾ ਜਿਹੜਾ ਉਹ ਮਿਊਜ਼ਿਕ ਦੀ ਜਿਹੜੀ ਦੁਨੀਆ ਹੈ ਉਹਦੇ ਵਿੱਚ ਤੁਹਾਡਾ ਇੱਕ ਬੜਾ ਉੱਚ ਪੱਧਰ 'ਤੇ ਨਾਂ ਹੈ ਔਰ ਤੁਸੀਂ ਸ਼ੋਬਿਜ਼ ਦਾ ਬਹੁਤ ਵੱਡਾ ਹਿੱਸਾ ਹੋ ਸਾਡੇ ਔਰ ਸ਼ੋਬਿਜ਼ 'ਚ ਤੁਹਾਡੇ ਹਵਾਲੇ ਨਾਲ ਜ਼ਹੀਰ ਸਾਹਿਬ ਜਿਹੜੇ ਨੇ ਬੜੇ ਅੱਛੇ ਵਿਚਾਰ ਰੱਖਦੇ ਨੇ ਤੁਹਾਡੇ ਬਾਰੇ 'ਚ, ਬੜੀਆਂ ਅੱਛੀਆਂ ਖਬਰਾਂ ਇਹਨਾਂ ਨੇ ਹਮੇਸ਼ਾ ਲਾਈਆਂ ਨੇ। ਜ਼ਹੀਰ ਸਾਹਿਬ ਦੀ ਜੀ ਮੁਹੱਬਤ ਹੈ, ਇਹਨਾਂ ਦਾ ਪਿਆਰ ਹੈ। ਖਾਨ ਸਾਹਿਬ ਤੁਹਾਨੂੰ ਤਾਂ ਪਤਾ ਕਿ ਮੈਂ ਮਿਊਜ਼ਿਕ 'ਚ, ਮੌਸੀਕੀ 'ਚ ਹਮਸਾਇਆ ਮੁਲਕ ਤੋਂ ਮੌਸੀਕੀ ਦੀ ਜੰਗ ਜਿੱਤ ਕੇ ਬੈਠਾ ਹਾਂ। ਅੱਛਾ ਹਾਂਜੀ, ਬੇਸ਼ੱਕ। ਕਿ ਉੱਥੇ ਦਾ ਕੋਈ ਸਿੰਗਰ ਨਹੀਂ ਜਿਹਨੇ ਸਾਬਰ ਅਲੀ ਨੂੰ ਨਹੀਂ ਗਾਇਆ। ਬੇਸ਼ੱਕ, ਪਾਕਿਸਤਾਨ 'ਚ ਵੀ ਕੋਈ ਐਸਾ ਸਿੰਗਰ ਨਹੀਂ ਨੂਰ ਜਹਾਂ ਦੀ ਅਸਲ ਤੋਂ ਲੈ ਕੇ ਅੱਜ ਦੀ ਭਾਵ ਤੱਕ ਦਸ ਫਿਲਮਾਂ ਪਾਕਿਸਤਾਨ ਦੀਆਂ ਨੇ, ਕੋਈ ਦੋ ਹਮਸਾਇਆ ਮੁਲਕ ਦੀਆਂ ਨੇ, ਉਸ 'ਚ ਨਾ ਪੰਜਾਬੀ। ਉਹੀ ਤੁਸੀਂ ਜਿਹੜੀ ਗੱਲ ਫਰਮਾਈ ਹੈ ਮਿਊਜ਼ਿਕ ਦੀ, ਜ਼ਹੀਰ ਭਾਈ ਕੋਈ ਸਿਨਫ ਐਸੀ ਨਹੀਂ ਜਿਹੜੀ ਮੇਰੇ ਤੋਂ ਖੁਦਾ ਨੇ ਲੁਕਾਈ ਹੋਵੇ, ਅੱਲਾ ਦੀ ਤਰਫੋਂ ਮੈਨੂੰ ਪਹੁੰਚੀ ਹੈ। ਅਤੇ ਪੰਜਾਬ 'ਤੇ ਇੱਕ ਕਿੰਗ ਆਫ ਫੋਕ ਦਾ ਖਿਤਾਬ ਵੀ ਤੁਹਾਨੂੰ ਮੈਨੂੰ ਮਿਲਿਆ। ਅਤੇ ਸ਼ੁਕਰ ਹੈ ਮੇਰੇ ਮਾਲਕ ਦਾ, ਮੈਂ ਪਾਕਿਸਤਾਨ ਹੈ, ਆਪਣੇ ਪੰਜਾਬ ਦੀ ਵਜ੍ਹਾ ਨਾਲ ਤੁਸੀਂ ਵੀ ਮਿਹਰਬਾਨੀ ਕੀਤੀ, ਬੁਲਵਾਇਆ। ਅੱਜ ਕੱਲ੍ਹ ਚੁੱਕੇ ਮੇਰਾ ਉਰਦੂ ਵੱਲ ਰੁਝਾਨ ਹੈ। ਅੱਛਾ ਜੀ, ਉਹ ਆਸਮਾ ਜੀ ਵੀ ਅਤੇ ਤੁਹਾਡੇ ਕੋਲ ਹੀ ਆ, ਜ਼ਹੀਰ ਭਾਈ ਦਾ ਨੇ ਇੰਨਾ ਕੁਛ ਕੀਤਾ ਆਰਟਿਸਟਾਂ ਵਾਸਤੇ। ਮੈਂ ਨਹੀਂ ਸਮਝਦਾ ਕਿ ਆਸਮਾ ਹਰ ਜਗ੍ਹਾ 'ਤੇ ਜਾਂਦੇ ਇਸ ਤਰ੍ਹਾਂ ਜਾਂਦੇ ਨੇ, ਕਿਉਂਕਿ ਮੈਂ ਉਹ ਇੱਕ ਸਿੰਗਰ ਤਾਂ ਹੈ ਨਾ, ਨਾਲ ਕੁੱਤੇ 24 ਫਿਲਮਾਂ ਦੇ ਉਹ ਹੀਰੋਇਨ ਵੀ ਨੇ ਆਸਮਾ ਲਤਾ ਜੀ। ਅੱਛਾ ਜੀ, ਹਾਂ ਹਾਂ। ਅਤੇ ਮੈਂ ਕਾਫੀ ਦੋਸਤਾਂ ਨਾਲ ਤੁਹਾਡੇ ਬਾਰੇ 'ਚ, ਸਾਜਿਦ ਅਲੀ ਸਾਹਿਬ ਨੇ ਤੁਹਾਨੂੰ ਬਾਕਾਇਦਗੀ ਨਾਲ ਕਿਤੇ ਨਹੀਂ ਪਹੁੰਚ ਸਕੇ ਤੁਹਾਡੇ ਤੱਕ, ਅਤੇ ਉਹਨਾਂ ਨੂੰ ਬਹੁਤ ਬਹੁਤ ਸ਼ੁਕਰੀਆ ਆਪਣਾ ਜਨਾਬ
ਸਾਬਰ ਅਲੀ ਸਾਹਿਬ ਸਰ ਔਰ ਜ਼ਹੀਰ ਸਾਹਿਬ ਦੇ ਬਾਰੇ 'ਚ ਤੁਸੀਂ ਬਹੁਤ ਖੂਬਸੂਰਤ ਵਿਚਾਰ ਸਾਂਝੇ ਕੀਤੇ ਨੇ। ਇਹਦੇ ਨਾਲ ਹੀ ਅਸੀਂ ਪ੍ਰੋਗਰਾਮ ਦਾ ਵੇਲਾ ਅੱਜ ਦਾ ਮੁੱਕ ਗਿਆ ਔਰ ਇਨਸ਼ਾਅੱਲਾ ਫਿਰ ਇੱਕ ਮਿੰਟ ਅਗਰ ਮੈਨੂੰ ਤੁਸੀਂ ਖਤਮ ਭਾਈ ਦੇ ਦਿਓ, ਮੈਂ ਚਾਹ ਰਿਹਾ ਕਿ ਜ਼ਹੀਰ ਭਾਈ ਨੇ ਜਿੰਨਾ ਕੁਛ ਸਾਡੇ ਵਾਸਤੇ ਫਨਕਾਰਾਂ ਵਾਸਤੇ ਕਰਦੇ ਨੇ, ਖੁਦਾ ਦੀ ਜ਼ਾਤ ਇਹਨਾਂ ਨੂੰ ਉਹਦਾ ਇਨਾਮ ਅੱਲਾਹ ਦੀ ਤਰਫੋਂ ਮਿਲ ਸਕਦਾ। ਸਾਡੇ ਸਾਰਿਆਂ ਕੋਲ ਇਹਨਾਂ ਵਾਸਤੇ ਦੁਆਵਾਂ ਨੇ, ਅੱਛੀ ਦੋਸਤੀ ਦੀਆਂ ਦੁਆਵਾਂ, ਤੰਦਰੁਸਤੀ ਦੀਆਂ ਦੁਆਵਾਂ। ਇਹ ਸਾਡਾ ਪਾਕਿਸਤਾਨ ਜਾਂ ਪੰਜਾਬ ਮਾਂ ਬੋਲੀ ਹੈ ਅਤੇ ਸਾਰਾ ਕੁਛ ਹੈਗਾ। ਜ਼ਹੀਰ ਸਾਹਿਬ ਤੁਹਾਨੂੰ ਅੱਲਾਹ ਨਵੇਂ ਸਾਲ ਦੀ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਸ਼ੁਕਰੀਆ ਮੁਬਾਰਕ ਦੇਣੀ ਅੱਲਾਹ ਸਭ ਤੋਂ। ਜੀ 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 ਸਰ, ਮੈਂ ਆਖਿਰ 'ਤੇ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਮੈਂ ਸਮਝਣਾ ਕਿ ਇਹ ਜਿਹੜੀ ਇੱਜ਼ਤ ਪਲਾਕ ਵੱਲੋਂ ਮਿਲੀ ਹੈ ਤੁਹਾਡਾ ਸ਼ੁਕਰੀਆ, ਔਰ ਜਿੰਨੇ ਦੋਸਤ ਮੇਰੇ ਆਏ ਨੇ ਮੈਂ ਸਮਝਣਾ ਕਿ ਸਾਰੇ ਯਕੀਨ ਕਰੋ ਮੇਰੇ ਦਿਲ ਦੇ ਬੜੇ ਕਰੀਬ ਨੇ। ਬਿਲਕੁਲ ਠੀਕ। ਔਰ ਮੈਂ ਅੱਜ ਬੜਾ ਖੁਸ਼ ਹਾਂ ਕਿ ਐਡੇ ਸੀਨੀਅਰ ਮੇਰੇ ਸ਼ੋਬੇ ਦੇ ਸਾਫਤ ਦੇ ਨਾਮ ਐਕਟਰਸ, ਫਿਰ ਮਿਊਜ਼ਿਕ, ਫਿਰ ਸਭ ਦੋਸਤਾਂ ਦਾ ਮੈਂ ਬੇਹੱਦ ਮਸ਼ਕੂਰ ਹਾਂ ਕਿ ਉਹਨਾਂ ਨੇ ਅੱਜ ਇੱਥੇ ਆ ਕੇ ਮੇਰਾ ਮਾਣ ਵਧਾਇਆ, ਅਤੇ ਮੈਂ ਹਮੇਸ਼ਾ ਉਹਨਾਂ ਨੂੰ ਉਂਝ ਇੱਜ਼ਤ ਦਿਆਂਗਾ ਜਿਵੇਂ ਦਿੰਦਾ ਰਿਹਾ। ਠੀਕ ਹੈ, ਔਰ ਅੱਲਾਹ ਤਾਲਾ ਸਭ 'ਤੇ ਆਪਣਾ ਫਜ਼ਲ ਕਰਮ ਕਰੇ। ਜਿਉਂਦੇ ਵਾਸਤੇ ਰਹੋ ਜੀ, ਬਹੁਤ ਸ਼ੁਕਰੀਆ। ਇਹਦੇ ਨਾਲ ਹੀ ਅਸੀਂ ਤੁਹਾਡੇ ਸਾਰਿਆਂ ਕੋਲ ਇਜਾਜ਼ਤ ਲਾਂਗੇ ਪਲਾਕ ਲੋਕ ਸਟੂਡੀਓ ਤੋਂ। ਲੈ ਬਈ ਯਾਰ ਹਵਾਲੇ ਰੱਬ ਦੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋ ਸੀ, ਜਿਸ ਦਿਨ ਫਿਰ ਮਿਲਾਂਗੇ। ਰੱਬ ਰਾਖਾ ਅਤੇ ਅੱਲਾ ਬੇਲੀ।